ਕਰਦਾ ਹਾਂ। ਉਹਦੀ ਮਰਜ਼ੀ ਤੋਂ ਬਗੈਰ ਅਸੀਂ ਇੱਕ ਕਦਮ ਵੀ ਨਹੀਂ ਪੁੱਟ ਸਕਦੇ, ਉਹਦੀ ਮਰਜ਼ੀ ਤੋਂ ਬਗੈਰ ਅਸੀਂ ਇੱਕ ਤੋਂ ਦੂਜਾ ਸਾਹ ਨਹੀਂ ਲੈ ਸਕਦੇ। ਇਹ ਸਾਰੀ ਉਹਦੀ ਦਇਆ ਹੈ, ਇਹ ਉਹਦਾ ਸਾਰਾ ਪ੍ਰੇਮ ਹੈ ਜੋ ਉਹ ਸਾਡੇ ਨਾਲ ਕਰ ਰਿਹਾ ਹੈ। ਔਰ ਸਾਨੂੰ ਹਰ ਗੱਲ ਵਿੱਚ ਆਪਣੇ ਪ੍ਰਭੂ ਨੂੰ ਧੰਨਵਾਦ ਦੇਣਾ ਚਾਹੀਦਾ ਹੈ, ਹਰ ਗੱਲ ਵਿੱਚ ਜੋ ਪ੍ਰਭੂ ਨੇ ਸਾਨੂੰ ਜੀਵਨ ਬਖਸ਼ਿਆ ਹੈ, ਸਾਨੂੰ ਪਰਿਵਾਰ ਬਖਸ਼ੇ ਹਨ, ਸਾਨੂੰ ਘਰ ਦਿੱਤੇ ਹਨ, ਸਾਨੂੰ ਕਾਰੋਬਾਰ ਦਿੱਤੇ ਹਨ, ਸਾਨੂੰ ਇੱਕ ਵਧੀਆ ਸੇਵਕ ਦਿੱਤਾ ਹੈ, ਸੰਗਤੀ ਦਿੱਤੀ ਹੈ, ਉਹ ਸਾਡੀਆਂ ਲੋੜਾਂ ਨੂੰ ਪੂਰੀਆਂ ਕਰ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਦਾ ਧੰਨਵਾਦ ਪ੍ਰਭੂ ਯਿਸੂ ਮਸੀਹ ਨੂੰ ਦੇਣਾ ਬਣਦਾ ਹੈ। ਅੱਜ ਲੋਕ ਚੀਜ਼ਾਂ ਪ੍ਰਭੂ ਕੋਲੋਂ ਲੈ ਰਹੇ ਨੇ, ਲੇਕਿਨ ਉਹਦਾ ਧੰਨਵਾਦ ਬਹੁਤ ਘੱਟ ਕਰ ਰਹੇ ਹਨ। ਜਿੰਨਾ ਧੰਨਵਾਦ ਚਾਹੀਦਾ ਹੈ ਉਹਨਾਂ ਧੰਨਵਾਦ ਉਹਦਾ ਕਰ ਨਹੀਂ ਰਹੇ। ਔਰ ਅੱਜ ਦਾ ਸੰਦੇਸ਼ ਪ੍ਰਚਾਰ ਕਰਨਾ ਹੈ, ਉਹਦਾ ਵਿਸ਼ਾ ਹੋਵੇਗਾ ਧੰਨਵਾਦ। ਸੰਦੇਸ਼ ਦਾ ਨਾਮ ਹੋਵੇਗਾ ਧੰਨਵਾਦ। ਧੰਨਵਾਦ। ਆਓ ਪ੍ਰਭੂ ਦੇ ਪਵਿੱਤਰ ਵਚਨ ਨੂੰ ਖੋਲ੍ਹ ਲੈਂਦੇ ਹਾਂ ਅਸੀਂ, ਲੂਕਾ ਦੀ ਅੰਜੀਲ ਕੱਢ ਲੈਂਦੇ ਹਾਂ, ਉਹਦਾ 17 ਅਧਿਆਏ, ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ 17 ਅਧਿਆਏ ਲੂਕਾ ਦੀ ਅੰਜੀਲ, ਅਤੇ ਇਹਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਫਿਰ ਇਹਦੇ ਉੱਤੇ ਆਪਾਂ ਗੱਲਬਾਤ ਪ੍ਰਭੂ ਦੀ ਕਿਰਪਾ ਨਾਲ ਕਰਦੇ ਹਾਂ। ਗਿਆਰਾਂ ਤੋਂ ਲੈ ਕੇ 19 ਤੱਕ ਪੜ੍ਹਨਾ ਹੈ, ਭਾਈ ਜੰਗ ਬਹਾਦਰ ਨਾਲ ਪੜ੍ਹਾਂਗੇ। ਜਾਂ ਉਹ ਜਰੂਸ਼ਲਮ ਨੂੰ ਚਲਿਆ ਜਾਂਦਾ ਸੀ ਤਾਂ ਉਹ ਸਾਮਰੀਆ ਔਰ ਗਲੀਲ ਦੇ ਵਿੱਚੋਂ ਦੀ ਲੰਘਿਆ, ਔਰ ਉਹਦੇ ਕਿਸੇ ਪਿੰਡ ਵਿੱਚ ਵੜਦਿਆਂ 10 ਕੋੜੇ ਉਹਨੂੰ ਮਿਲੇ ਜਿਹੜੇ ਦੂਰ ਖੜ੍ਹੇ ਰਹੇ, ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਇਆ ਕਰ। ਉਸਨੇ ਵੇਖ ਕੇ ਉਹਨਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ। ਅਤੇ ਇਹ ਹੋਇਆ ਕਿ ਜਦ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਤਾਂ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ਅਤੇ ਮੂੰਹ ਦੇ ਪਾਰ ਉਹਦੇ ਪੈਰੀ ਪੈ ਕੇ ਉਹਦਾ ਸ਼ੁਕਰ ਕੀਤਾ। ਅਤੇ ਉਹ ਸਾਮਰੀ ਸੀ, ਪਰ ਯਿਸੂ ਨੇ ਅੱਗੋਂ ਆਖਿਆ, ਭਲਾ 10 ਸ਼ੁੱਧ ਨਹੀਂ ਹੋਏ ਤਾਂ ਉਹ 9 ਕਿੱਥੇ ਹਨ? ਇਸ ਓਪਰੇ ਤੋਂ ਬਿਨਾਂ ਕੀ ਹੋਰ ਨਾ ਮਿਲੇ ਜੋ ਮੁੜ ਪਰਮੇਸ਼ੁਰ ਦੀ ਵਡਿਆਈ ਕਰਦੇ? ਉਸ ਨੂੰ ਕਿਹਾ, ਉੱਠ ਕੇ ਚਲਿਆ ਜਾ, ਤੇਰੀ ਨਿਹਚਾਣੇ ਤੈਨੂੰ ਚੰਗਾ ਕੀਤਾ ਹੈ। ਆਮੀਨ। ਪ੍ਰਭੂ ਦੇ ਕਲਾਮ ਉੱਤੇ ਪ੍ਰਭੂ ਦੀ ਬਰਕਤ ਹੋਵੇ। ਆਮੀਨ। ਤੁਸੀਂ ਸਭ ਬੈਠ ਸਕਦੇ ਹੋ, ਬੜੇ ਆਰਾਮ ਦੇ ਨਾਲ ਆਪਣਾ ਸਥਾਨ ਲੈ ਲਵੋ। ਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਹਿੱਲ ਜੁਲ ਨਾ ਹੋਵੇ, ਸਭ ਦਾ ਧਿਆਨ ਪ੍ਰਭੂ ਦੇ ਪਵਿੱਤਰ ਵਚਨ ਦੇ ਉੱਤੇ ਹੋਵੇ, ਤਾਂ ਕਿ ਅਸੀਂ ਪ੍ਰਭੂ ਦੇ ਕਲਾਮ ਦੀ ਗੱਲਬਾਤ ਵਧੀਆ ਢੰਗ ਨਾਲ ਕਰ ਸਕੀਏ। ਔਰ ਇਹ ਸੰਦੇਸ਼ ਦਾ ਵਿਸ਼ਾ ਜੋ ਹੈ ਇਹ 16ਵੀਂ ਐਤ ਤੋਂ ਹੈ, ਹਾਲੇਲੂਇਆ। ਔਰ ਲਿਖਿਆ ਹੈ ਕਿ ਪ੍ਰਭੂ ਦੇ ਕੋਲ 10 ਕੋੜੀ ਆਏ ਔਰ ਦੂਰ ਖਲੋ ਕੇ ਉਹ ਕਹਿਣ ਲੱਗੇ, ਮਹਾਰਾਜ ਸਾਡੇ ਉੱਤੇ ਕੀ ਕਰ, ਦਇਆ ਕਰ। ਉਹ ਪ੍ਰਭੂ ਦੀ ਦਇਆ ਨੂੰ ਮੰਗਣ ਲੱਗੇ, ਕੰਮ ਕਰੇਗਾ ਔਰ ਦਇਆ ਨੂੰ ਮੰਗਣ ਲੱਗੇ ਤਾਂ ਪ੍ਰਭੂ ਨੇ ਕਿਹਾ, ਜਾਓ ਜਾ ਕੇ ਜਾਜਕ ਨੂੰ ਵਿਖਾਓ। ਹਾਲੇਲੂਇਆ। ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ, ਹੇ ਮਹਾਰਾਜ, ਸਾਡੇ ਉੱਤੇ ਦਇਆ ਕਰ। ਉਸਨੇ ਵੇਖ ਕੇ ਉਹਨਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ। ਅਤੇ ਉਹ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ, ਤਾਂ ਉਹਨਾਂ ਵਿੱਚੋਂ ਇੱਕ ਇਹ ਕਹਿ ਕੇ ਜੋ ਮੈਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ਅਤੇ ਮੂੰਹ ਦੇ ਭਾਰ ਡਿੱਗ ਕੇ ਉਹਦੇ ਪੈਰੀ ਪੈ ਕੇ ਉਹਦਾ ਸ਼ੁਕਰ ਕੀਤਾ। ਹਾਲੇਲੂਇਆ। ਵਿਸ਼ੇ ਦਾ ਨਾਮ ਹੈ ਸ਼ੁਕਰ ਕਰਨਾ, ਧੰਨਵਾਦ ਕਰਨਾ, ਇੱਕੋ ਚੀਜ਼ ਹੈ, ਸ਼ੁਕਰ ਕਰਨਾ, ਧੰਨਵਾਦ ਕਰਨਾ।
और ये 10 कोड़ी जो यीशु मसीह को आए और ये दूर खड़ के यीशु मसीह नू कहन लगे, हे महाराज साढ़े उत्ते दया कर। हालेलुया। और प्रभु ने उन्होंने दूर ही खड़े ने, नेड़े नहीं आए, तो यीशु मसीह उन्होंने हाथ फेरिया वे कोढ़ चंगा हो गया वे, इदा नहीं है, वो दूर ही खड़े सन। तो यीशु मसीह दे कोलो दया मंगी उन्होंने, तो यीशु मसीह कहिंदा जाओ, चले जाओ तो जाके जाजकां ताईं विखाओ। और वो उतों ही मुड़ गए तो जाजकां नूं विखाउण चले गए। वेखो कोढ़ तो शुद्ध नहीं होए सी अजे। हाँ जी जदों यीशु मसीह ने कहा कि जाओ जाजकां नूं विखाओ, कोढ़ तो शुद्ध नहीं होए, अजे वो कोढ़ी सीगे, उन्हां दे जिस्म दे उत्ते कोढ़ ही सीगा, लेकिन उन्होंने यीशु मसीह दे वचन दे उत्ते उहदे बोलां दे उत्ते जिहड़े उन्हां नूं बोले गए है कि जाओ जाके जाजकां ताईं विखाओ, उन्होंने इहदे उत्ते विश्वास कर लिया। तो वह इस नेचा नाल चल पए जाजकां नूं विखाउण। और यीशु मसीह ने जाजकां नूं विखाउण लई क्यों कहा? क्योंकि पुराने नेम दी व्यवस्था सी कि जिहड़े कोढ़ी हुंदे सी और कोढ़ियां नूं जाजकां कोले लिआंदा जांदा सी, जाजक उन्हां नूं चैक करदे सन वी इह बीमारी कोढ़ दी आ, जे उह कोढ़ दी बीमारी हुंदी सी जाजक दसदे सी, और फिर उन्हां लोकां नूं जिन्हां नूं कोढ़ हो जांदा सी उन्हां नूं घर तों दूर रख्या जांदा सी, उन्हां नूं शहर तों दूर रख्या जांदा सी, और उन्हां लई इक वक्खरी जगह बनी हुंदी सी खुंदरां खंदरां विच पहाड़ां दे विच, और उन्हां दे मत्थे कोई नहीं सी लगदा, कोड़ियां तों लोक डरदे सी, जे किते कोड़ी भुलिया चुक्या किते ओह आ गया आबादी विच तां लोक कहिंदे अशुद्ध आ गया, अशुद्ध आ गया, अशुद्ध आ गया, भ्रिष्ट आ गया, अशुद्ध आ गया, ऐन रौला पाउण लग पैंदे सब लोग, उहनूं कोड़ी नूं विचारे नूं लुकना पैंदा सी, किते अपनी जान बचाउण दे लई लुकना पैंदा सी। और इदां दे कोड़ियां दे हालात सन, इन्हां कोड़ियां कोड़ी बिल्कुल संसार तो वक्रे हो चुके, जिन्हों कोड़ हो जाता सी वह त्यागिया जाता सीगा, उहदे नाल कोई भी लेना देना रखना नहीं सी चाहुंदा, और कोड़ियां दे उत्ते कोई भी दया करन वाला नहीं सी हुंदा, सब उन्हां तो भजदे सन दूर, लेकिन यीशु मसीह उन्हां कोड़ियां लई खड़ा होया। यीशु मसीह ने उन्हां कोड़ियां तो नफरत नहीं की। हालेलुया। यीशु मसीह वेशवां लई खड़ा होया, विचारियां लई खड़ा होया, विचारियां वेशवा तो भी लोग नफरत करते सन, पर असी वेख्या यीशु मसीह वेशवा लई भी खड़ा होया। हालेलुया। और भैनों भरावो कोढ़ दी बीमारी इदां दी बीमारी है, कोढ़ अंग झाड़ दिंदा है, जिन्हों कोढ़ हो गया उहदे कन्न झड़ जांदे ने, उंगलां झड़ जांदियां ने, अंग झड़े होए सन उहनां दे उत्ते पट्टियां लपेटियां हुंदियां ने, और ओ इदां दा कोढ़ दी बीमारी इदां दी है, कोढ़ी बंदे दे इदां दे हालात, उहदे विचारे दे अंग झड़े हुंदे ने बीमारी नाल, कोढ़ नाल उहनां विच्चों रेशा वग रिहा हुंदा है, लहू वग रिहा हुंदा है, बड़ी दुख तकलीफ विच ओह हुंदे ने। पर 10 कोढ़ी निकल के यीशु मसीह कोले आए और दूरों खड़ के कहन लगे, हे महाराज साडे उत्ते दया कर। यीशु मसीह ने कहा जाओ जाके जाजकां ताईं विखाओ, क्योंकि यीशु मसीह व्यवस्था नूं रद्दन नहीं सी आया, वह व्यवस्था नूं पूरा करन आया सीगा, वह सीधा भी कह सकता जाओ चले जाओ आपदे आपदे घरे चंगे हो गए तुसीं, तो वह जा सकते ही, पर व्यवस्था टुट जानी सीगी। यीशु मसीह ने कहा जाओ जाके व्यवस्था नूं पूरा करो ते जाजकां नूं जाके विखाओ, वह आपे दसणगे, जाजक दसणगे कि कोढ़ तो की हो चुके ने, शुद्ध हो चुके ने। हालेलुया। और उन्हां कोले इन्ना विश्वास सी, जदों यीशु मसीह ने कहा उन्हां नूं दूर खड़िया नूं जाओ जाके जाजकां ताईं विखाओ, वह इस नेचा नाल चल पै जाजकां नूं विखाउण, जाजकां नूं कोढ़ नाल भरे नहीं विखाउणा सी उन्हां ने, उन्हां ने शुद्ध होए विखाउणा सीगा, पर उन्हां कोले नेचा सी कि यीशु ने बोल दिता है तो असीं ठीक हो जावांगे, लिखिया जांदे जांदे ठीक हो गए, वो जांदे जांदे की हो गए, चंगे हो गए, ठीक हो गए। जाजकां नूं विखाया जाके जाजकां ने चेक किया तो कोढ़ी सी, इहदे दी उंगलां भी झड़ियां सी, इहनां दे कन्न भी लै चुके सन, पर कन्न भी नवें
ਉਂਗਲਾਂ ਵੀ ਨਵੀਆਂ ਸਾਰਾ ਕੁਛ ਹੀ ਇਹਦਾ ਕੋਟ ਦੇਣ ਉੱਤੇ ਨਿਸ਼ਾਨ ਤੱਕ ਨਹੀਂ ਲੱਭਦਾ ਜਦ ਇਹ ਕਹਿੰਦੇ ਜਾਓ ਆਪਣੇ ਘਰਾਂ ਚਲੇ ਜਾਓ ਤੁਸੀਂ ਠੀਕ ਹੋ ਗਏ ਤੁਹਾਨੂੰ ਪਰਮੇਸ਼ਰ ਨੇ ਚੰਗਾ ਕਰ ਦਿੱਤਾ ਵੇਖੋ ਉਹ ਜਿਹੜੇ ਘਰਾਂ ਤੋਂ ਦੂਰ ਸਨ ਪਤਨੀਆਂ ਤੋਂ ਦੂਰ ਸਨ ਬੱਚਿਆਂ ਤੋਂ ਦੂਰ ਸਨ ਮਾਂ ਬਾਪ ਤੋਂ ਦੂਰ ਸਨ ਉਹਨਾਂ ਵਿੱਚ ਆ ਹੀ ਨਹੀਂ ਸੀ ਸਕਦੇ ਕਿਉਂਕਿ ਕੋਟ ਦੀ ਬਿਮਾਰੀ ਇੱਦਾਂ ਦੀ ਸੀਗੀ ਪਰ ਯਿਸੂ ਮਸੀਹ ਨੇ ਉਹਨਾਂ ਨੂੰ ਖੁੰਦਰਾਂ ਚੋਂ ਕੱਢ ਕੇ ਉਹਨਾਂ ਨੂੰ ਆਪਣਿਆਂ ਘਰਾਂ ਦੇ ਵਿੱਚ ਪਰਿਵਾਰਾਂ ਵਿੱਚ ਵਾੜ ਦਿੱਤਾ ਪਰ ਸ਼ੁਕਰ ਕਰਨ ਲਈ ਇੱਕ ਹੀ ਆਇਆ ਸ਼ੁਕਰ ਕਰਨ ਲਈ ਇੱਕ ਹੀ ਆਇਆ ਚਾਹੀਦਾ ਸੀ ਦਸਾਂ ਦੇ ਦਸਾਂ ਨੂੰ ਆ ਕੇ ਯਿਸੂ ਮਸੀਹ ਦੇ ਚਰਨਾਂ ਉੱਤੇ ਡਿੱਗ ਪੈਂਦੇ ਪਰ ਉਹ ਲੱਗ ਪਏ ਆਪਦੇ ਕੰਮ ਧੰਦੇ ਕਰਨ ਹੁਣ ਉਹ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਟਾਈਮ ਹੀ ਹੈ ਨੀਗਾ ਵੀ ਅਸੀਂ ਯਿਸੂ ਦੀ ਭਗਤੀ ਕਰੀਏ ਉਦੋਂ ਧੰਨਵਾਦ ਦਈਏ ਨਾ ਹੁਣ ਤਾਂ ਉਹਨੇ ਚੰਗਾ ਕਰ ਦਿੱਤਾ ਹੈ ਨਾ ਸ਼ੁੱਧ ਕਰ ਦਿੱਤਾ ਹੈ ਬਿਮਾਰੀਆਂ ਤੋਂ ਛੁਟਕਾਰਾ ਦੇ ਦਿੱਤਾ ਹੈ ਤਾਂ ਹੁਣ ਬਸ ਦਿਨ ਰਾਤ ਕੰਮ ਕਰੀਏ ਸਰੀਰ ਠੀਕ ਹੋ ਗਿਆ ਉਹਨੇ ਸਰੀਰ ਦਿੱਤਾ ਹੀ ਅਸਲੀ ਠੀਕ ਹੀ ਅਸਲੀ ਕੀਤਾ ਹੈ ਵੀ ਮੇਰੀ ਭਗਤੀ ਨਾ ਕਰਿਓ ਜੇ ਦਿਨ ਰਾਤ ਦਿਹਾੜੀਆਂ ਕਰਦੇ ਰਹੋ ਤੇ ਕੰਮ ਕਰਦੇ ਰਹੋ ਦਿਨ ਰਾਤ ਪਰ ਭੈਣੋ ਭਰਾਵੋ ਇਹ ਅੱਗੇ ਆਪਾਂ ਲਿਖਤਾਂ ਵੇਖਾਂਗੇ ਇੱਦਾਂ ਦੇ ਲੋਕਾਂ ਲਈ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਪ੍ਰਭੂ ਤੋਂ ਬਰਕਤਾਂ ਤਾਂ ਲੈਣਗੇ ਪ੍ਰਭੂ ਤੋਂ ਚੰਗਿਆਈਆਂ ਤਾਂ ਲੈਣਗੇ ਉਹ ਜੀਵਨ ਤੇ ਲੈਣਗੇ ਆਕਸੀਜਨ ਤੇ ਰੋਜ਼ ਉਹਨਾਂ ਨੂੰ ਚਾਹੀਦੀ ਜੀਣ ਵਾਸਤੇ ਵੇਖੋ ਆਕਸੀਜਨ ਕਰੋਨਾ ਵਿੱਚ ਬੰਦ ਹੋ ਗਈ ਲੋਕਾਂ ਦੀ ਘਟਣ ਲੱਗ ਪਈ ਸੀ ਤਾਂ ਕਿੰਨੀ ਕਿੰਨੀ ਮਹਿੰਗੀ ਆਕਸੀਜਨ ਚੀਨ ਨੇ ਆਪਣੇ ਭਾਰਤ ਨੂੰ ਦਿੱਤੀ ਹੈ ਬਹੁਤ ਲੁੱਟਿਆ ਨੇ ਆਪਣੇ ਭਾਰਤ ਨੂੰ ਚੀਨ ਨੇ ਆਕਸੀਜਨ ਦੇ ਸਿਲੰਡਰ ਭੇਜ ਕੇ ਤਾਂ ਆਕਸੀਜਨ ਤੋਂ ਬਗੈਰ ਬੰਦਾ ਜਿਉਂਦਾ ਨਹੀਂ ਸੀਗਾ ਜਿੰਨੇ ਵੀ ਲੱਖ ਰੁਪਈਆ ਕੋਈ ਮੰਗਦਾ ਸੀ ਆਕਸੀਜਨ ਘੱਟ ਗਈ ਹੈ ਆਕਸੀਜਨ ਲਵਾਉਂਦੇ ਸੀ ਅਮੀਰ ਲੋਕ ਪਰ ਪ੍ਰਭੂ ਸਾਨੂੰ ਰੋਜ਼ ਆਕਸੀਜਨ ਦਿੰਦਾ ਹੈ ਰੋਜ਼ ਸਾਹ ਦਿੰਦਾ ਹੈ ਫਰੀ ਵਿੱਚ ਹੀ ਅਸੀਂ ਕਹਿੰਦੇ ਪ੍ਰਭੂ ਸਾਡੇ ਕੋਲ ਤੈਨੂੰ ਧੰਨਵਾਦ ਦੇਣ ਲਈ ਟਾਈਮ ਹੀ ਹੈ ਨੀਗਾ ਤੂੰ ਸਾਡੇ ਲਈ ਟਾਈਮ ਕੱਢੀ ਚੱਲ ਤੇ ਸਾਡੇ ਕੋਲ ਟਾਈਮ ਹੈ ਨੀਗਾ ਇਹ ਕੋਈ ਵਫਾਦਾਰੀ ਵਾਲਾ ਕੰਮ ਨਹੀਂ ਹੈ ਇਹ ਉਹਨਾਂ 9 ਕੋੜੀਆਂ ਵਾਲਾ ਕੰਮ ਹੈ ਪਰ ਇੱਕ 10ਵਾਂ ਵਾਪਸ ਆਇਆ ਔਰ ਆ ਕੇ ਲਿਖਿਆ ਉਹਦੇ ਵੇਖੋ ਧੰਨਵਾਦ ਵੀ ਕਿੱਦਾਂ ਕਰ ਰਿਹਾ ਹੈ ਅੱਜ ਤਾਂ ਲੋਕ ਆਕੜ ਨਾਲ ਆਉਂਦੇ ਨੇ ਚੋਰ ਚੱਜ ਚੱਲੇ ਆਕੜ ਨਾਲ ਆਉਂਦੇ ਆਕੜ ਨਾਲ ਹੀ ਜਾਂਦੇ ਨੇ ਪਰ ਇਸ ਕੋੜੀ ਵੱਲ ਵੇਖੋ ਤੇ ਪ੍ਰਭੂ ਦੇ ਘਰ ਵਿੱਚ ਆਉਣਾ ਕਿਵੇਂ ਆ ਆਕੜ ਨਾਲ ਨਹੀਂ ਆਉਣਾ ਝੁਕੇ ਹੋਏ ਹਿਰਦੇ ਨਾਲ ਆਉਣਾ ਹੈ ਹਾਲੇਲੂਇਆ ਵੇਖੋ ਆਕੜ ਵਾਲੇ ਸਾਨੂੰ ਬਾਈਬਲ ਵਿੱਚੋਂ 2 ਬੰਦੇ ਲੱਭਦੇ ਨੇ ਮੁੱਢ ਵਿੱਚ ਹੀ ਕਹਿਣ ਬੜਾ ਆਕੜ ਵਾਲਾ ਬੰਦਾ ਸੀ ਉਹ ਭੇਂਟ ਵੀ ਚੜਾਉਣ ਗਿਆ ਕੁਰਬਾਨੀ ਵੀ ਲੈ ਗਿਆ ਪਰ ਕਾਹਦੇ ਨਾਲ ਆਕੜ ਨਾਲ ਹਾਵਲ ਵਿਚਾਰਾ ਨਮਰ ਬੰਦਾ ਸੀਗਾ ਉਹ ਬੜਾ ਝੁਕਦਾ ਹੋਇਆ ਪ੍ਰਭੂ ਕੋਲੇ ਗਿਆ ਆਕੜ ਵਾਲੇ ਬੰਦੇ ਜਿਹੜੇ ਨੇ ਉਹਨਾਂ ਦੇ DNA ਦੇ ਅੰਦਰ ਨੁਕਸ ਹੈ ਖਰਾਬੀ ਕਿਤੋਂ ਹੋਰ ਆ ਰਿਹਾ ਹੈ ਕਿਤੋਂ ਖੂਨ ਹੋਰ ਆ ਰਿਹਾ ਕਿਤੋਂ ਉਹਨਾਂ ਦੇ ਅੰਦਰ ਹਾਂ ਪਰ ਜਿਹੜੇ ਲੋਕ ਨਮਰ ਤਰੀਕੇ ਨਾਲ ਪ੍ਰਭੂ ਦੀ ਵਡਿਆਈ ਕਰਦੇ ਨੇ ਪ੍ਰਭੂ ਤੋਂ ਡਰਦੇ ਨੇ ਪ੍ਰਭੂ ਦੇ ਸੇਵਕਾਂ ਦਾ ਆਦਰ ਕਰਦੇ ਨੇ ਪ੍ਰਭੂ ਦੇ ਲੋਕਾਂ ਦਾ ਆਦਰ ਕਰਦੇ ਨੇ ਉਹ ਡਰਦੇ ਨੇ ਪਰਮੇਸ਼ਰ ਤੋਂ ਨਹੀਂ ਇਹ ਪ੍ਰਭੂ ਦੇ ਲੋਕ ਨੇ ਇਹਨਾਂ ਦੇ ਵਿਰੁੱਧ ਕੋਈ ਗੱਲ ਨਹੀਂ ਕਰਨੀ ਇਹਨਾਂ ਦੇ ਵਿਰੁੱਧ ਕੁਛ ਨਹੀਂ ਬੋਲਣਾ ਕਿਉਂਕਿ ਇਹ ਪ੍ਰਭੂ ਦੇ ਲੋਕ ਨੇ ਪ੍ਰਭੂ ਬਰਦਾਸ਼ਤ ਨਹੀਂ ਕਰਦਾ ਉਹਨੇ ਲਿਖਿਆ ਜੇ ਕੋਈ ਮੇਰੇ ਮਸਾਂ ਕੀਤੇ ਹੋਏ ਨੂੰ ਛੂੰਦਾ ਹੈ ਤਾਂ ਮੇਰੀ ਅੱਖ ਦੀ ਕਾਕੀ ਨੂੰ ਛੂੰਦਾ ਹੈ ਮੈਂ ਉਹਦਾ ਲਿਹਾਜ਼ ਨਹੀਂ ਕਰਾਂਗਾ ਉਹ ਲੋਕ ਨਮਰ ਤਰੀਕੇ ਨਾਲ ਡਰਦੇ ਨੇ ਪ੍ਰਭੂ ਕੋਲ ਆਉਂਦੇ ਨੇ ਜਿਹੜੇ ਹਾਵਲ ਵਾਲੇ ਪਾਸੋਂ ਆ ਰਹੇ ਨੇ ਹਾਵਲ ਨੂੰ ਭਾਵੇਂ ਮਾਰ ਦਿੱਤਾ ਉਹਨੇ ਲੇਕਿਨ ਨਬੀ ਕਹਿੰਦਾ ਹਾਵਲ ਦਾ ਮਰਨਾ ਕੀ ਸੀਗਾ ਸੇਥ ਦਾ ਆਉਣਾ ਹਾਵਲ ਦਾ ਮਰਨਾ ਖਤਮ ਨਹੀਂ ਹੋਇਆ ਵੇਖੋ ਸ਼ੈਤਾਨ ਕਦੇ ਵੀ ਪ੍ਰਭੂ ਦੇ ਲੋਕਾਂ ਨੂੰ ਖਤਮ ਨਹੀਂ ਉਹਨੇ ਆਪਦੇ ਲੋਕ ਮਾਰ ਦਿੱਤਾ ਲੇਕਿਨ ਹਾਵਲ ਦਾ ਜੀ ਉੱਠਣਾ ਸੇਥ ਸੀਗਾ ਨਬੀ ਨੇ ਕਿਹਾ ਹਾਲੇਲੂਇਆ ਔਰ ਸੇਥ ਬੜਾ ਨਮਰ ਬੰਦਾ ਸੀ ਹਾਵਲ ਬੜਾ ਨਮਰ ਬੰਦਾ ਸੀ ਬੜਾ ਦੀਨ ਬੰਦਾ ਸੀਗਾ ਇਹ ਕੋੜੀ ਜਿਹੜਾ ਵਾਪਸ ਆਇਆ ਹੈ ਕਿੱਦਾਂ ਆਇਆ ਹੈ ਪੜ੍ਹਦੇ 16 ਨੂੰ ਲਿਖਿਆ ਉਹ ਮੂੰਹ ਦੇ ਭਾਰ ਉਹਦੇ ਪੈਰੀ ਪੈ ਕੇ ਉਸਦਾ ਸ਼ੁਕਰ ਕੀਤਾ ਅਤੇ ਉਹ ਸਾਮਰੀ ਸੀ ਹਾਲੇਲੂਇਆ ਹਾਲੇਲੂਇਆ ਇਹ ਕੋੜੀ ਸਾਮਰੀ ਸੀ ਔਰ ਕਿੱਦਾਂ ਪ੍ਰਭੂ ਦਾ ਆ ਕੇ ਸ਼ੁਕਰ ਕਰਨ ਲੱਗਾ ਕਿੱਦਾਂ ਧੰਨਵਾਦ ਕਰਨ ਲੱਗਾ ਉਹਦੇ ਪੈਰੀ ਪੈ ਕੇ ਮੂੰਹ ਭਰ ਡਿੱਗ ਕੇ ਅਤੇ ਪ੍ਰਭੂ ਦਾ ਸ਼ੁਕਰ ਕਰਨ ਲੱਗਾ ਧੰਨਵਾਦ ਕਰਨ ਲੱਗਾ ਪਰ ਯਿਸੂ ਮਸੀਹ ਨੇ ਕਿਹਾ
कि मैं तुसा दसा नू ठीक नहीं कीता, कि दसे ठीक नहीं कीते मैं, ठीक ते दसे कीते ने, पर बाकी नौ कित्थे आ, बाकी नौ लग गए वह अपने काम धंधे करन। वह उन्होंने कहा हुण लोड़ ही नहीं गी, प्रभु की लोड़ ही नहीं गी, हुण बस अपना काम, शरीर ठीक हो गया, तंदुरुस्ती मिल गई, हुण लगे रहने आपां, हुण की करना प्रभु दे कोले जाके। पर याद रखो भावें वह नहीं आए, भावें नौ नहीं आए, प्रभु ने नहीं इदा कीता भी चलो ठीक है तुसी नहीं आउंदे तां मैं चंगाई वापस लै लैना, नहीं, प्रभु दे के वापस नहीं लैण वाला। हालेलुया, वो दे दिंदा है वापस नहीं लैंदा। वो नौ कोड़ी दोबारा कोड़ी नहीं हो गए, वो ठीक ही रह, वो शुद्ध ही रह, पर उन्होंने प्रभु का शुक्र नहीं किया, उहदा धन्नवाद नहीं किया। हालेलुया, इसलिए प्रभु का धन्नवाद करना बनता है, शुक्र करना बनता है। लेवियां 14 दी 1 विच लिखिया है कि जाज प्रभु ने कहा मूसा दे राही व्यवस्था दित्ती कि जदों कि कोड़ी होवे जां कोड़ तो शुद्ध होवे दा कोड़ चंगा हो गया है वो जाजक दे कोले जावे ते जाजक नूं जाके विखावे। हालेलुया, इसलिए यीशु मसीह ने कहा कि तुसी जाओ जाके जाजकां ताईं विखाओ। प्रभु ने व्यवस्था नूं पूरा किया, प्रभु काम वचन तो बाहर एक भी वह नहीं सी करना चाहता, तो ना उन्हें किया है, उन्हें हर काम वचन के अंदर रह के किया। आओ दूसरा तिमोथियुस पढ़ते हैं 3:1। जिहड़े लोग चीज़ा तो उहदे कोलों पाउंदे ने उन्हां नूं हर एक चीज़ तो चाहिए है, बच्चे भी चाहिए ने, बच्चों की फिर तंदुरुस्ती भी चाहिए है, बच्चों की चंगी सेहत भी चाहिए है, बच्चों की पढ़ाई लिखाई भी चाहिए है, और घर भी चाहिए ने, सब कुछ चाहिए। पहला तिमोथियुस ना दूसरा तिमोथियुस 3:1 तो पढ़ना शुरू करिए, 4-5 तो पढ़िए। और लोग चाहते ने सब कुछ, मैं वेखो इतों तक शुरू तो ही मैं पुलपुर तो भी ये प्रचार करता हाँ, गवाही दिता हाँ, मैं क्या मैं प्रभु दे लई सुई दे लई भी धन्नवाद करदा, सुई भी मैं घर विच लै के आना ते उहदे लई भी प्रभु दा धन्नवाद करदा, प्रभु तू मेरा ध्यान रखिया, तैनू पता है कि मेरे घर विच सुई दी भी लोड़ है, तो उहने सुई तक दा मेरा की कीता है, इंतजाम कीता है, और सानू हर चीज़ जो भी मुहैया हुंदी है उहदे लई असी प्रभु दा शुक्रिया अदा करना हुंदा है, धन्नवाद करना हुंदा है। आओ पढ़िए, पर इह जान छड्ड भई अंत दे दिनां विच भैड़े समय आ जाणगे, इह जान छड्ड अंत दे दिनां विच भैड़े समय आ जाणगे, जो जो मनुख आप स्वार्थी, लोक आप स्वार्थी, आप स्वार्थी दा मतलब की भला, अपने आप नूं सवारन वाला, कदी वाल ऐ कर लै, कदी वाल ऐ कर लै, मोबाइल फड़ के कैमरा खोल के इधरों सैल्फी खिंच ली, पिछला पासा वधिया आउंदा, फिर इधरों सैल्फी खिंच ली, फिर इधरों सैल्फी खिंच ली, बस वो अपनियां सैल्फियां खिंचन ते लगे रहिंदे ने, जिहड़े आप स्वार्थी ने उहनां नूं अपने आप नूं सवारन ते दिन रात ही लगे रहिंदे ने, कदी वाल अगे नूं कर लै, कदी पिछे नूं कर लै, कदी टेढ़े कर लै, कदी ताह नूं खड़े कर लै, ये की है आप स्वार्थी, किहड़े समें विच अंत दिया दिनां विच। हालेलुया, लोक आप स्वार्थी होणगे, पढ़िए, माया दे लोभी, हाँ जी, शेखीबाज, माया दे लोभी, ठीक है, शुक्र दा शुक्रिया दा क्यों नहीं करदे, क्योंकि माया दा लोभ बड़िया अंदर, भी जिहड़ा टाइम ऐतवार नूं जाके उत्थे चर्च लावांगे है ना, जिहड़ा ऐतवार नूं चर्च जावांगे, सफर करके जावांगे, पैसा खर्च करके जावांगे, उही पैसा नाले तां बचूगा ते नाले सारी दिहाड़ी होर पैसा कमावांगे, हाँ जी हाँ जी, माया दे लोभी, शेखीबाज, शेखियां मारन वाले, वड्डियां वड्डियां शेखियां मारन वाले, है ना, पढ़िए, हंकारी, हंकार, कुफर बकन वाले, हंकार नाल भरे हुए होणगे ते कुफर बकन वाले होणगे, मापियां दे अण आग्याकार, मापियां दे अण आग्याकार, नशुकरे, ना शुकरे, अपवित्र, ना शुकरे, शुकर उन्हां दे अंदर कोई भी नहीं होवेगा, ना शुकरे होणगे। प्रभु दे नबी ने कहा है कि लोग खाने उत्ते दुआ भी नहीं करते, उदा ही खाधी तुरे जाते, जा
खाने ले खान लगे तो उहदा शुक्रिया अदा भी नहीं करदे, उहदा धन्नवाद भी नहीं करदे, उहदा ही खाना आया। जो दुआ करते हैं असी खाने लिए, फिर प्रभु साढ़े उत्ते गल नूं साढ़े अंदर रखदा, सामने लिया है भी इस खाने नूं बनाउण दे उत्ते किन्नी मेहनत लगी है। इहनूं पहला कमाया गया, किन्ना खून पसीना वहा के कमाया गया, फिर कमाउण वालियां नूं बरकत दित्ती जांदी धन्नवाद विच, बनाउण वालियां नूं बरकत दित्ती जांदी है। और ये धन्नवाद नबी कहिंदा सानूं हर एक चीज़ लई उहदा धन्नवाद करना चाहीदा है। नबी ने कहा कि एक सूर सीगा, ओ सेबां दे पेड़ दे थले खड़ा सीगा, और सेब बड़े पक्के सन, और बड़ा भरिया होया सेबां दा बूटा सीगा, और पीले पीले सेब थले डिग रहे ने, और सूर जो सेब डिगदा तो खा लैंदा है। सूर उहनां सेबां दा आनंद लै रहा है, खा रहा है, फिर अगे वेखदा अगे फिर डिगदा फिर खा लैंदा है। पर उन्हें कदे भी तानू वेख के भी आ कित्थों रहे ने, ये देख कौन रहा है, आ कित्थों रहे ने, तां उन्हें एक बारी भी नहीं वेख्या वा जिहड़ा डिग्गा खा लिया, जिहड़ा डिग्गिया खा लिया। पर उन्हूं चाहिदा सीगा कि तानू मूँह करके धन्नवाद करदा, प्रभु तेरा शुक्र है। जो तानू वेंदा तो उन्हूं नाल सेबां दा बूटा भी दिखना सीगा भी आ है सेबां दा बूटा, कमाल दी गल, इन्नी सोहणी है ना रचना की गई है। ये बनाउण वाले का धन्नवाद करना सी उन्हें, हालेलुया। हुण असीं भी जदों बाहर अंदर जाईदा है, समुद्र तक प्रभु ने जाण दा मौका दिता, समुद्र दा बन्ना खेड़ा वेख्या किते लभदा ही नहीं गा, समुद्र दे कंढे उत्ते खड़ के असीं समुद्र दे पार वेख्या। मैं क्या असीं आपदे पंजाब विच दरिया वेखे, नहरां वेखियां, वड्डे वड्डे दरिया वेखे, नदियां वेखियां, उन्हां दा दूजे पासे बन्ना देखदा है, पर ये समुद्र का कोई बन्ना खेड़ा ही नहीं लभदा। पानी 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 गां धुंद धुंद नज़र आउंदी किसे पासे भी, उत्थे भी खड़ के असीं दुआ कीती तां प्रभु दा धन्नवाद कीता, प्रभु तेरी रचना लई धन्नवाद, क्या बात है तेरी रचना दे लई, प्रभु तेरा धन्नवाद, तू सानू अपनी रचना वेखण लई इत्थों तक आउण दित्ता। हालेलुया। जदों असीं समुद्र ते जाने आ, समुद्र दे कोल जाते हाँ, तो असीं अपने देश दे दूसरे किनारे ते चले जाने आ, उहदे तों अगे होर कोई देश शुरू हो जांदा है। अपने देश के किनारे प्रभु ने कहा तुसी धरती दे बन्या तक मेरे गवाह होगे। हालेलुया। और लिखा है कि ना शुकरे अपवित्र होणगे, कोई शुक्रिया दा उहनां दे अंदर नहीं होवेगा, प्रभु का कोई धन्नवाद नहीं होवेगा। प्रभु ने किनिया भलाइया उन्होंने जीवना से कीतिया ने, पर उन्हां कोले शुकर दे लई धन्नवाद लई टाइम नहीं होवेगा, धन्नवाद लई समा नहीं होवेगा, दुआ लई समा नहीं होवेगा, वचन सुनने लई समा नहीं होवेगा, वचन पढ़ने लई समा नहीं होवेगा, मोबाइल वेखण लई समा वाधू होवेगा, दुनियादारी दे इधर उधर चीज़ां वेखण लई समा वाधू होवेगा, गंदियां भैड़ियां फिल्मां वेखण लई उन्हां कोले समा वाधू होवेगा, पर प्रभु दा शुक्र उहदा धन्नवाद करन लई उन्हां कोले समा ना शुकरे। अंत दे दिनां विच भैड़े समय आ जाणगे, लोक आप स्वार्थी ना शुकरे होणगे, नौ कोड़ियां दी तरह, नौ कोड़ी चंगे तां हो गए पर वापस उह मुड़े नहीं हन। हालेलुया। आओ एक होर धन्नवाद असी वेखीए, ये धन्नवाद है मुक्ति लई, उन्हें सानू मुक्ति दिती है तो मुक्ति लई उहदा धन्नवाद करना है। भैनो भरावो, जदों तों आदम पाप विच डिग पिया, हवा पाप विच डिग पै, उदों बाद मुक्ति दा दरवाजा बंद हो चुकिया सी, कोई भी दरवाजा नहीं सी जिहदे थाने सी लंघ के ते पाप तो पार हो सकदे सी, सब दरवाजे की हो चुके सी बंद हो चुके सी, कोई भी नहीं सीगा, कौन मुक्ति दऊगा। हरेक मनुख पाप विच जम रहा, जमदे ओ पापी है मनुख, हरेक मनुख पाप विच पैदा है, कौन मुक्ति दऊगा। सारे पासों मुक्ति का दरवाजा की सी बंद सीगा, पर धन्नवाद प्रभु का यीशु मसीह का, वो स्वर्ग तो थले उतरिया, अपनी जान दिती उन्हें,
अपना लहू बहाया उन्हें डाढ़ा दुख झल्या उन्हें ते साडे लई मुक्ति का राह खोल दिता उन्हें। फिर तो अदमार बनता उहदा मुक्ति लई धन्नवाद बनता। आओ पढ़ते हैं रोमियो 8:5-9 आए तो जल्दी पढ़ लिए। मैं काफ़ी धन्नवाद तुहानू विखाउणे ने किहड़ी किहड़ी चीज़ का धन्नवाद करना है। जिन्हें कि मैं नोट किए उन्ने कि मैं तुहानू दसांगा, बाकी धन्नवाद बहुत ने उहदे। परंतु परमेश्वर अपना प्रेम साडे उत्ते एवं प्रगट करता है 5:8-9 हाँ जी परंतु परमेश्वर अपना प्रेम साडे उत्ते इउं प्रगट करता है जां असी अजे पापी ही सां तां मसीह ने साडे लई मोया। हालेलुया। वेखो परमेश्वर दा प्रेम, असी तां पाप विच ही सीगे, कोई रस्ता ही नहीं सीगा निकलन दा पाप चों, सब दरवाजे बंद सी, पर परमेश्वर ने साडे लई साडे नाल प्रेम कीता ते उन्हें जगत दी नींह धरन तो पहला ही लेले नूं को दिता। आमीन है। यो दा प्रेम है, सच है। मुक्ति दा साडे ला उन्हें प्रबंध कर दिता। हालेलुया। उन्हें साडी मुक्ति दे लई बंदोबस्त कर दिता। कदों? अजे असी पाप विच जी रहे सीगे, असी तां जो पापी सीगी अजे। हालेलुया। वेखो अडवान सी, उन्हें साडे लई मुक्ति दा प्रबंध कीता होया सी। फिर धन्नवाद नहीं बनदा? बनदा है। असी अजे पापी सीगे, असी पाप विच जी रहे सीगे, लेकिन परमेश्वर ने ऐसा प्रेम साडे नाल कीता उन्हें पहला ही लीले नूं मार दिता। आमीन। को दिता लीला ने। हाँ जी, सच है। सो जदों असी हुण ओहदे लहू नाल धर्मी ठहराए गए तां इस नालों बहुत वध के असी ओहदे राहीं उस क्रोध तों बच जावांगे। हालेलुया। जिहड़ा क्रोध पापियां उत्ते पैणा है, ओहदा गुस्सा, जिहड़ा पापी संसार दे उत्ते वरना है ओहदा क्रोध, ओहदे तों असी की आ बच जावांगे। क्यों? क्योंकि उन्हें साडी मुक्ति दा बंदोबस्त कर दिता, प्रबंध कर दिता है। दरवाजे सारे बंद सन, किसी पासों कोई खुला होया दरवाजा नहीं सी। जदों असी मती 22 दे पढ़ते हाँ 8 तो लैके 14 तक, तो उत्थे लिखा है कि राजकुमार दा विआह सी और राजे ने स्वामी ने विआह विच सद्या होया नूं बुलाया, तो जिन्हां नूं बुलाया सदा दिता उन्होंने आने तो इनकार कर दिता। उन्होंने तरह तरह के बहाने लाए, किसी ने कोई बहाना मारिया, किसी ने जिवें अज लोग चर्च आने च बहाना लाते हैं, बड़े लोग बहाने लाते हैं, बहाने तो घड़े पे होंगे ने। पास्टर जी आ हो गया सी, आ हो गया सी, आ हो गया सी, ते मैं आ नहीं सकिया, मेरी यकदम सेहत खराब हो गई, मैनू आ काम पै गया, वह काम, बहाने तो बहाना। इन्हां लोगों ने भी बहाने लाए मती 22 दे विच, जिन्हां ने बहाने लाए मालिक ने कहा उन्हां नूं छड्ड दे, हुण कहिंदा ओ इस तों अगे इस टेबल ते मेरे खाने विचों खाणा नहीं खाणगे, हुण तू गलियां विच जा, चरस्त्यां विच जा, जिन्ने भी तैनूं मिलन लंगे अन्ने कोड़ी भखारी सारे ਵਿਆਹ ਵਾਲੇ ਘਰ ਵਿੱਚ ਲਾਇਆ, ਤਾਂ ਕਿ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਜਾਵੇ। ਲੋਕ ਆ ਰਹੇ ਨੇ ਔਰ ਘਰ ਬੜਾ ਖਚਾ ਖਚ ਭਰ ਗਿਆ, ਪੂਰੀ ਤਰ੍ਹਾਂ ਘਰ ਜਿਹੜਾ ਸੀਗਾ ਟੇਬਲ ਸਜ ਗਿਆ, ਕੁਰਸੀਆਂ ਉੱਤੇ ਲੋਕ ਬਹਿ ਗਏ ਆ ਕੇ, ਔਰ ਲੋਕ ਪੂਰਾ ਆਨੰਦ ਲੈ ਰਹੇ ਹਨ, ਔਰ ਵਿਆਹ ਵਾਲੇ ਘਰ ਵਿੱਚ ਪੂਰੀ ਗਹਿਮੋ ਗਹਿਮ ਚੱਲ ਰਹੀ ਹੈ। ਜਿਹੜਾ ਮਾਲਕ ਸੀਗਾ ਉਹ ਫਿਰ ਵਿਆਹ ਦੀ ਰੌਣਕ ਵੇਖਣ ਲਈ ਬਾਹਰ ਨਿਕਲਿਆ। ਉਹਨੇ ਕਿਹਾ ਮੈਂ ਵੇਖਾਂ ਵੇਲੀ ਕਿਵੇਂ ਸੱਜੇ ਹੋਏ ਨੇ, ਕਿੱਦਾਂ ਸੋਹਣਾ ਮਾਹੌਲ ਬਣਿਆ ਹੋਇਆ ਹੈ। ਜਦੋਂ ਇੱਦਾਂ ਘੁੰਮ ਰਿਹਾ ਸੀਗਾ ਤਾਂ ਉੱਥੇ ਉਹਨੇ ਸਾਰਿਆਂ ਨੂੰ ਵੇਖਿਆ, ਲਿਖਿਆ ਉੱਥੇ ਇੱਕ ਆਦਮੀ ਇੱਦਾਂ ਦਾ ਸੀਗਾ ਜਿਹਦੇ ਵਿਆਹ ਵਾਲੇ ਕੱਪੜੇ ਨਹੀਂ ਸਨ। ਉਹਨੂੰ ਪੁੱਛਿਆ, ਮਿੱਤਰਾ ਤੂੰ ਬਿਨਾਂ ਵਿਆਹ ਵਾਲੇ ਕੱਪੜਿਆਂ ਦੇ ਅੰਦਰ ਕਿਵੇਂ? ਵਿਆਹ ਵਾਲੇ ਕੱਪੜਿਆਂ ਤੋਂ ਬਿਨਾਂ ਤੂੰ ਅੰਦਰ ਕਿਵੇਂ? ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਕਿਉਂ? ਵਿਆਹ ਵਾਲੇ ਕੱਪੜੇ ਉਹਦੇ ਕੋਲ ਕਿਉਂ ਨਹੀਂ ਸੀਗੇ? ਕਿਉਂਕਿ ਉਹ ਦਰਵਾਜ਼ੇ ਥਾਣੀ
नहीं सी आया। जो दरवाजे थानी आउंदा ता फिर जरूर ओदे कपड़े बदले जाने सीगे, क्योंकि दरवाजे ते कपड़े बदलने वाले खड़े सन। वो कपड़े ओदे उतार के ता ओनू अपने कपड़े जेड़े राजे दे कपड़े हन, जेड़े मालक दे कपड़े हन, वो कपड़े ओनू पवाए जांदे सन। और वो किसे खिड़की थानी आया, किसे होर रस्ते थानी आया, वो नंग के वो दरवाजे थानी नहीं आया, क्योंकि दरवाजा एको ही सीगा, वो प्रभु यशु मसीह है। हालेलुया। इसलिए बाकी सारे दरवाजे बंद सन और कोई भी दरवाजा खुला नहीं सीगा, पर एको ही दरवाजा खुलिया, वो प्रभु यशु मसीह सी, जिने तो सानू मुक्ति मिली है, जिने साड़ी मुक्ति दा प्रबंध कीता है, जिने साड़े लिए इंतजाम कीता है। जे ना दरवाजा साड़े लिए खोलिया जांदा ता उस मनुख की तरह असी भी फड़े जाना सीगा। लिखिया जदों उहदे कोल कोई जवाब नहीं सीगा ता उहदे हाथ पैर बन लै गए, उन्हें कहा बनो इहदे हाथ पैर, बन के ते इहनू जिथे रोणा ते कचीचियां दा वटना उत्थे सुट दे इहनू, ठीक है। इसलिए मुक्ति दा धन्नवाद बनता है, साडे लिए उन्हें मुक्ति दा प्रबंध किया है, साडे लिए इंतजाम किया है। हालेलुया। और असी उन्हें नहीं लभ्या, उन्हें सानू लभ्या। अभी तो पाप विच तसी जांदे सीगे, अभी तो पाप विच होर गां दी गां गहरे थले तसी जांदे सी। गब विच जिवें कोई चीज डिग जांदी आ वह थले थले जाई जांदी है, थले थले जाई जांदी है। पाप इदां दी बीमारी है, इहदे विच कोई फस गया तां जे अपने आप नहीं निकल सकदा बंदा, ना कोई इंसान कढ सकदा उहनूं, जे प्रभु कढे तां उह मनुख निकल सकदा है। आमीन। लिखिया तुसीं मैनूं नहीं चुणिया, मैं तुहानूं चुण लिया है। हालेलुया। उसने साडे लई प्रबंध कीता। वेखो आदम डिग गया, आदम वचन तो डिग गया, डिगन तो बाद वो प्रभु तो भज्या लुकया। और पर उहदे मगर कौन है, सानूं लगदा इदा पढ़ के भी शायद प्रभु आया होना बाग विच, उहने वेख्या मैदान विच कोई भी नहीं गा, आदम कित्थे आ, उहने आवाज मारी आदम तू कित्थे आ, तो आदम आ गया होना बाहर। नहीं नहीं नहीं, नबी ने कहा जदों प्रभु आया उहने वेख्या सारे पासे सुन सुना है, मेरा पुत्र आदम कित्थे आ, जिवें एक बंदे दे भादी बन जाती है, ऐदा उहने वेख्या यकदम। और नबी ने कहा उन्हें जोर जोर ना चला चला के, हे मेरे पुत्र आदम, हे मेरे पुत्र आदम, हे मेरे पुत्र आदम, इधर नू जांदा, हे मेरे पुत्र आदम तू किथे आ। वो आदम नू लभ रहा है, वो आदम नू वाजा मार रहा है, असी उन्हें नहीं चुनिया, असी उहदे कोले नहीं आए, वो सानू लेके आया है। आमीन। हालेलुया। वो सानू पाप चो कढ के लियाया है, वो थले उतरिया, जिहड़ी दल दल विच असीं धसे सी वो दल दल दे विच उतर गया, और दल दल दे विचों कढ के सानू वो बाहर लियाया। उहदा मुक्ति लई धन्नवाद करना चाहीदा है, शुक्रिया दा उहदा दिन रात करना चाहीदा है। हालेलुया। नहीं तो असीं तां बस गवाचे होए सीगे। यूहन्ना 6:44 पढ़िए, यूहन्ना 6:44, यूहन्ना दी अंजील 6:44। कोई मेरे कोल आ नहीं सकदा, कोई मेरे कोल आ नहीं सकदा, जे पिता जी ने मेनू कल्या ओनू ना खिचे। हालेलुया। कौन खिचदा उस दल दल विचों, पाप दी दल दल विचों, पाप दे चिकड़ विचों कौन खिचदा? लिखिया जद तक मेरा पिता ही उन्हूं ना खिचे ता ओ मेरे कोले आ। जे अज भैनों भरावो असी यीशु मसीह दी संगति विच आ, जे अज असी उहदी महिमा कर रहे हां, जे अज दे बरकतां दा असी आनंद माण रहे हां, ता इह परमेश्वर दी दया साडे उत्ते होई है। उसने सानू पाप विचों संसार विचों बाहर कढ़िया ता उहने सानू यीशु मसीह दी संगति विच रखिया है। हालेलुया। मैं शराब दे ठेके दे बहन वाला सीगा, मैं शराब दे टेबलां ते बह के शराबा पीन वाला सीगा, अपने दोस्तां दे नाल शराबियां दे नाल मैं लड़ाई झगड़े करन वाला
अपने दोस्तां लोफरां दे नाल मैं लोफर सीगा, लड़ाई झगड़े करन वाला सीगा। मेरे घरदिआं ने कहना कि तू चर्च साडे नाल चलिया कर, और मैं उन्हां नूं जवाब दे देना, मैं कहना मैं नहीं जाना चर्च, तुसीं जाओ घर विच बंदगी होनी। उन्होंने कहना कि बंदगी ते बह जा कर घरे, मैं क्या मैं नहीं बहना, मैं तो भज्जिया होया सी, मैं तो संसार विच धसिया होया सी, मैं तो इस गंद मंद विच धसिया होया सी, उस शराब दे टेबल तो मैनू किने बुलाया है, उस शराब दे टेबल तो मैनू किने खिचिया है, भी तेरी जगह ए नहीं है। मेरे बच्चे, मेरे पुत्र, तू गवाचा होया है, ए तेरी जगह नहीं है, आ मैं तेनू जगह विखाउणा। तेरी जगह मेरी कलीसिया विच है, तेरी जगह मेरे लोकां विच है, तू मेरा गवाह है, तू मेरा पुत्र है, आ मैं तेनू जगह विखावा। उन्हें मैनू खिंच लिया। हालेलुया। यूहन्ना 6:44 दे मुताबक यीशु मसीह ने कहा, जे पिता ही मेरा किसी नूं ना खिंचे तां ओह मेरे कोले आ नहीं सकदा। तुहानूं भैणो भराओ, तुसीं अपने दिनां नूं याद करो, तुहानूं किन्ने झूठ बोलण तों, धोखा देण तों, जो जी लोकां नूं ठगदे सी राहां विच जा के घरां च, वहम पा पा के पाप दी जिंदगी जी रहे सीगे, और उत्थों तुहानूं किन्ने खिंचिया, किन्ने बुलाया, कौन तुहाडे मगर आया? परमेश्वर तुहाडे मगर आया। हालेलुया। उसने तुहानूं बुलाया। आओ यशाया 62:12 भी पढ़िए। उसने सानूं बुलाया, उसने सानूं कढ़िया। अज असीं कहीए साडे कोल शुक्रिया अदा करन लई टाइम है नहीं गा, साडे कोल उहनूं धन्नवाद देण दा समां है नहीं गा, नहीं नहीं नहीं, उहदियां याद करो, उहदियां मेहरबानियां नूं याद करो, दे प्रेम नूं जो परमेश्वर ने साडे नाल प्रेम कीता है, साडे नाल प्यार कीता है। हालेलुया। हाँ जी, 62:12 ओ उहनां नूं पवित्र प्रजा यहोवा दे छुड़ाए होए आखणगे, ओ उहनां नूं पवित्र प्रजा ते यहोवा दे छुड़ाए होए आखणगे, तूं अते तूं लब्भी होई और ना त्यागी होई नगरी सदावेंगी, तू लब्भी होई ते त्यागी होई नगरी अगे तो नहीं सदावेंगी। हालेलुया। प्रभु दा धन्नवाद होवे। ओ भावें लोग सानू टिचरां करन जां मखौल करन जां सानू जिहड़े नामां नाल मर्जी सदन, पर यहोवा साडा सानू त्यागी होई ते लब्भी होई नहीं कहेगा। हालेलुया। ओ सानू प्यार करेगा, ओ सानू आदर दऊगा, ओ सानू तंदुरुस्ती देगा। हालेलुया। क्योंकि उहने साडे नाल प्रेम कीता है, इसलिए भैणो भरावो मुक्ति लई उहदा धन्नवाद बणदा है। आओ एक होर धन्नवाद वेखीए। ओ कदे भी भुलदा नहीं है, ओ अपने वैदियां नूं कदे भी भुलदा नहीं है। हालेलुया। आओ इहदे नाल एक लिखित पढ़ लैंदे आपां, यरमिया 2 कढ लईए, 1 ते 2 इहदियां पढ़नियां ने। इह धन्नवाद है उहदी ना भुलण दी, उह कदे भी अपने वायदे भुलदा नहीं है। हालेलुया। उह अपने वायदियां नूं की करदा है, याद रखदा है। किन्ने साल हो गए ने वायदा कीते नूं, किन्ने 100 साल हो गए, किन्ने 1000 साल हो गए ने, लेकिन वह अपने वायदे नूं भुलदा नहीं है, वह याद रखता है। नूह नाल उहने वायदा कीता, 120 साल बाद तू प्रचार कर, किश्ती बना, लोकां दे विच ढनोरा फेर, कि 120 साल बाद जल परलो आएगी। 120 साल निकल गए, लोकां ने बड़ा कुछ किया, नूह तेरा प्रचार झूठा, कुछ नहीं होया, इन्ना चिर हो गया ये काम तेनू प्रचार करदे नू, किश्ती बनाउंदे नू, अजे तक कोई बारिश नहीं आई, लेकिन नू उस काम विच डटिया रहा। पथेरिया ने कहा कि नहीं इदा हो सकता, नहीं इदा हो सकता, लेकिन नू डटिया रहा। परमेश्वर ने भी अपने वायदे नू याद रखिया, उन्हें 120 साल बाद नू दे नाल कीता होया वायदा पूरा कीता। वो अपने वायदे नू याद रखदा, भुलदा नहीं है। यशाया ने उन्हें वादा कीता, 9:6 दे अंदर उन्हें क्या, कुआरी गर्भवती होवेगी, वो पुत्र जनेगी,
ते तू ओदा नाम हालेलुया। यशाया 9:6 विच उसे लिखिया साडे लई तां इक बालक जम्मिया सानू एक पुत्र बख्शा गया ते राज ओदे मोढ़िया उत्ते होवेगा ते ओदा नाम ऐ सद्या जावेगा चर्ज सलाहू शांति दा राजकुमार अनादि पिता। हालेलुया। और ये वायदा किया उन्हें यशाया नबी दे नाल। इस वायदे नू प्रभु ने 800 साल बाद जाके पूरा किया। प्रभु वायदा करके भुलदा नहीं है। हालेलुया। इसलिए ना भुलन वास्ते भी उदा धन्नवाद करना चाहिदा है कि ओ वायदा करके कदी भुलदा नहीं है। आओ पढ़िए। यहोवा दा वचन मेरे कोल आया। यहोवा दा वचन मेरे कोल आया। जा और यरूशलम दे कन्ना विच पुकार। यरूशलम दे कन्ना विच पुकार। यहोवा ता एउ आखदा है। यहोवा ते एउ आखदा है। मैं तेरी जवानी दी कृपा। मैं तेरी जवानी दी कृपा। तेरे विआह दे प्रेम नु चेते करदा हां। मैं तेरे विआह दे प्रेम नु चेते करदा हां। भाई तू उजाड विच मेरे पिछे पिछे चली। हालेलुया। की करदा मैं चेता रखदा हां। मैं भुलाउंदा नहीं हां। मैं भुलदा नहीं हाँ। तू उजाड़ विच मेरे पिछे पिछे चली। पढ़िए। भाई तू उजाड़ विच मेरे पिछे पिछे चली उस धरती विच जेड़ी बीजी नहीं गई सी। इसराइल यहोवा लई पवित्र सी। उस दी पैदावार दा पहला फल ओदे खाण वाले सारे दोषी ठहरनगे। बस बस लिखा है कि मैं तेरे जवानी दे व्याह दे प्रेम नू की रखदा हाँ चेता रखदा। ओ चेता रखन वाला परमेश्वर है। ओ चेता भुलन वाला परमेश्वर नहीं है। ओ कीते हुए वादिया नु कूच 2 अध्याय कट लईए 24 आयत ओ कदे भी भुलदा नहीं है। हालेलुया। जिन्ने साल मर्जी गुजर जान जिन्ना समा मर्जी गुजर जावे लोग भुल जांदे ने पर प्रभु अपना कीता होया वादा कदे भी भुलदा नहीं है, नहीं है। इसलिए प्रभु दा धन्नवाद करना चाहिदा। उहदा शुक्रिया अदा करना चाहिदा कि प्रभु तू कदे भी वायदा करके भुलदा नहीं है। तू कदे भी सानू भुलावेगा नहीं क्योंकि तू वायदा कीता है। 2:24 ता परमेश्वर ने उन्हां दी हूंग सुनी। और ए इसराइली लोक ने जिन्हां नू 400 साल हो गए ने मिस्र दी गुलामी करदिआं नू बड़े तसीए इन्हां नू मिल रहे ने। बड़ा तंगी का समा इन्हों का गुजर रहा है और मिश्री इन्हों उत्ते कोड़े वरा रहे हैं और बड़ी औखियाई का समा 400 साल मूँह नाल कह देना 400 साल किते जाके बीतते ने और ये बेचारे बड़े दुख विच रह रहे हैं और इन्हों पता है कि परमेश्वर ने साडे नाल वायदा किया है साडे पिता अब्राहम नाल वायदा किया छुड़ाउण का पर 400 साल निकल गए ने। कई लोग कहन लगे नहीं नहीं परमेश्वर वायदा करके भुल गया वो पूरा नहीं किया उन्हें और असं इतने दुखों में रह रहे हैं परेशानियों में रह रहे हैं बड़ी मुश्किल में रह रहे हैं। हालेलुया। पढ़िए। तो परमेश्वर ने उन्होंने हूंक सुनी है परमेश्वर ने अपने नेम नू जिहड़ा अब्राहम इजहाक याकूब दे नाल सी चेते किया। हालेलुया। 400 साल हो गए ने ये वायदा कीत्या नू वो जदों रो रहे सन हूंग रहे सन और परमेश्वर ने उन्होंने हूंग नू सुनिया ते अपने वायदे नू की कीता उन्हें चेता कीता उन्हें वो चेता नहीं भुलदा। हालेलुया। वो कदे भी चेता नहीं भुलदा। वो सदा की रखदा है याद रखदा है। उन्होंने हूंक सुनी। पढ़िए। तब परमेश्वर ने इसराइलियों वाल निगाह की परमेश्वर ने उन्हां दी खबर ली। हालेलुया। परमेश्वर ने उन्हां वल निगाह कीती अपने वायदे नू चेता कीता ते उन्हां दी उन्हें खबर ली उन्हां दी खबर ली उन्हें की हो रहा सी उत्थे उत्थे लोक बेचारे मेहनत करदे सन बड़ी सख्त मेहनत उन्हां तों करवा रहे सन और एक बुढ़ा बंदा बेचारा वह भी इटा पथ रहा है जिहड़ा मिश्री सी कोड़ा लैके उन्हां दे विच घूम रहा है और आके बुढ़े बंदे नूं ठुड मार के पैंदा ओ कुत्तिया पूरी कहिंदा शाम नूं एवरेज चाहिए मैनू चल बुढ़ा सी कित्थों पूरे काम करूगा
ਬੁੱਢਾ ਬੰਦਾ ਤਾਂ ਵਿਚਾਰਾ ਕੰਮ ਨਹੀਂ ਨਾ ਉਹਨਾਂ ਕਰ ਸਕਦਾ ਜਵਾਨ ਜਿੰਨਾ ਜਿੰਨਾ ਜਵਾਨੀ 'ਚ ਕੀਤਾ ਉਹਨੇ। ਪਰ ਉਹ ਠੁੱਡ ਮਾਰ ਕੇ ਉਹਨੂੰ ਕਹਿੰਦਾ ਪੂਰਾ ਕੰਮ ਚਾਹੀਦਾ ਸ਼ਾਮ ਨੂੰ ਮੈਨੂੰ। ਦੂਜਾ ਬੰਦਾ ਨਾਲ ਖੜਾ ਹੈ ਉਹ ਅੱਗੇ ਨਿਕਲ ਗਿਆ ਠੁੱਡ ਮਾਰ ਕੇ। ਦੂਜਾ ਬੰਦਾ ਜਵਾਨ ਕਹਿੰਦਾ ਬਾਪੂ ਚਿੰਤਾ ਨਾ ਕਰ, ਪਰਮੇਸ਼ੁਰ ਨੇ ਆਪਣੇ ਨਾਲ ਵਾਅਦਾ ਕੀਤਾ ਛਡਾਉਣ ਦਾ, ਉਹ ਇੱਕ ਦਿਨ ਆਪਾਂ ਨੂੰ ਛਡਾਵੇਗਾ। ਉਹ ਵਿਚਾਰਾ ਚੁੱਪ ਕਰ ਗਿਆ, ਲੱਗ ਪਿਆ ਫੇਰ ਹੋਰ ਉਹਨਾਂ ਦੀ ਹੂੰਗ ਨੂੰ ਪ੍ਰਭੂ ਨੇ ਸੁਣਿਆ, ਉਹਨਾਂ ਵਿੱਚ ਇੱਕ ਛੁਟਕਾਰਾ ਦੇਣ ਵਾਲਾ ਪੈਦਾ ਕੀਤਾ ਜਿਹਦਾ ਨਾਮ ਮੂਸਾ ਸੀਗਾ। ਹਾਲੇ ਲੋਹੀਆ ਮੂਸਾ ਪੈਦਾ ਹੋ ਗਿਆ ਔਰ ਮੂਸਾ ਦੀ ਪ੍ਰਭੂ ਨੇ ਰਾਖੀ ਕੀਤੀ, ਕਿਉਂਕਿ ਉਹ ਬੱਚਿਆਂ ਨੂੰ ਮਾਰ ਦਿੰਦੇ ਸਨ, ਬੇਟਿਆਂ ਨੂੰ ਮੁੰਡਿਆਂ ਨੂੰ ਮਾਰ ਦਿੰਦੇ ਸਨ, ਉਹ ਲੋਕ ਕੁੜੀਆਂ ਨੂੰ ਰੱਖ ਲੈਂਦੇ ਸਨ। ਪਰ ਪ੍ਰਭੂ ਨੇ ਉਸ ਬੱਚੇ ਦੀ ਰਾਖੀ ਕੀਤੀ, ਉਸ ਨੂੰ ਜਿੰਦਾ ਰੱਖਿਆ ਔਰ ਜਦੋਂ 3 ਕੁ ਮਹੀਨੇ ਦਾ ਹੋ ਗਿਆ ਤਾਂ ਫਿਰ ਉਹਨੂੰ ਲੁਕਾ ਨਾ ਸਕੇ ਔਰ ਪ੍ਰਭੂ ਨੇ ਕਿਹਾ ਇਹਨੂੰ ਟੋਕਰੀ ਵਿੱਚ ਪਾ ਕੇ ਅਤੇ ਨੀਲ ਨਦੀ ਵਿੱਚ ਰੋੜ ਦਿਓ। ਔਰ ਉਹਨਾਂ ਨੇ ਉੱਦਾਂ ਹੀ ਕੀਤਾ, ਉਸ ਟੋਕਰੀ ਵਿੱਚ ਪਾ ਕੇ ਛੋਟੇ ਬਾਲਕ ਨੂੰ ਔਰ ਉਹਨੂੰ ਜਿਉਂ ਹੀ ਨੀਲ ਨਦੀ ਵਿੱਚ ਛੱਡਿਆ, ਨਬੀ ਕਹਿੰਦਾ ਉਦੋਂ ਹੀ ਜਦੋਂ ਨੀਲ ਨਦੀ 'ਚ ਪਾਇਆ ਉਹਨੂੰ, ਉਦੋਂ ਹੀ ਪਰਮੇਸ਼ੁਰ ਦਾ ਹੱਥ ਉਸ ਟੋਕਰੀ ਦੇ ਉੱਤੇ ਆ ਗਿਆ ਔਰ ਉਹ ਪਰਮੇਸ਼ੁਰ ਦਾ ਹੱਥ ਉਸ ਟੋਕਰੀ ਦੀ ਅਗਵਾਈ ਕਰ ਰਿਹਾ ਹੈ ਔਰ ਪਰਮੇਸ਼ੁਰ ਦਾ ਹੱਥ ਉਸ ਟੋਕਰੀ ਸੁਣ ਰਹੇ ਸਾਰੇ ਕਿੱਦਾਂ ਪਰਮੇਸ਼ੁਰ ਆਪਣਿਆਂ ਦੀ ਰਾਖੀ ਕਰਦਾ ਹੈ, ਕਿੱਦਾਂ ਪਰਮੇਸ਼ੁਰ ਆਪਣਿਆਂ ਨੂੰ ਸੰਭਾਲਦਾ ਹੈ, ਕਿੱਦਾਂ ਉਹ ਆਪਣਿਆਂ ਦੇ ਲਈ ਫਿਕਰਮੰਦ ਹੈ। ਭਾਵੇਂ ਉਹ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ, ਪ੍ਰਭੂ ਛੋਟਿਆਂ ਛੋਟਿਆਂ ਦਾ ਫਿਕਰ ਰੱਖਦਾ ਹੈ। ਹਾਲੇਲੂਇਆ। ਛੋਟਾ ਹੀ 3 ਮਹੀਨੇ ਦਾ ਬਾਲਕ ਟੋਕਰੀ ਵਿੱਚ ਹੈ, ਨੀਲ ਨਦੀ ਸਮੁੰਦਰ ਦਰਿਆ ਦੇ ਵਿੱਚ ਪਾਇਆ ਹੋਇਆ, ਬੜਾ ਬੇਸ਼ੁਮਾਰ ਪਾਣੀ ਉੱਥੇ, ਬੜੇ ਜ਼ਹਿਰੀਲੇ ਜ਼ਹਿਰੀਲੇ ਜ਼ਬਰਦਸਤ ਮਗਰਮੱਛ ਨੇ ਜਿਹੜੇ ਉੱਥੇ ਮਿੰਟ ਲਾਉਂਦੇ ਖਾਣ ਲੱਗੇ। ਉਸੇ ਹੀ ਨੀਲ ਨਦੀ ਵਿੱਚ ਮੂਸਾ ਦੀ ਟੋਕਰੀ, ਛੋਟਾ ਜਿਹਾ ਬੜਾ ਪਿਆਰਾ ਜਿਹਾ ਬਾਲਕ ਉਸ ਟੋਕਰੀ ਵਿੱਚ ਰੱਖ ਦਿੱਤਾ ਗਿਆ ਅਤੇ ਟੋਕਰੀ ਨੂੰ ਪਾਣੀ ਵਿੱਚ ਛੱਡ ਦਿੱਤਾ ਗਿਆ ਔਰ ਉਸ ਟੋਕਰੀ ਦੀ ਅਗਵਾਈ ਕਰਨ ਲਈ ਪਰਮੇਸ਼ੁਰ ਦਾ ਹੱਥ ਉਸ ਟੋਕਰੀ ਦੇ ਉੱਤੇ ਆ ਗਿਆ ਔਰ ਉਸ ਹੱਥ ਨੇ ਟੋਕਰੀ ਨੂੰ ਰੇੜਿਆ ਪਾਣੀ ਦੇ ਵਿੱਚ ਔਰ ਰੋੜ ਕੇ ਉਹਨੂੰ ਉੱਥੇ ਲੈ ਗਿਆ ਜਿੱਥੇ ਰਾਜੇ ਦੀ ਕੁੜੀ ਨਹਾ ਰਹੀ ਸੀਗੀ। ਉਹਨਾਂ ਦੇ ਅੱਗੇ ਲਿਜਾ ਕੇ ਟੋਕਰੀ ਖੜੀ ਕਰ ਦਿੱਤੀ। ਜਦੋਂ ਉਹਨਾਂ ਨੇ ਵੇਖਿਆ ਟੋਕਰੀ 'ਚ ਕੀ, ਟੋਕਰੀ ਰੁੜੀ ਹੋਈ ਟੋਕਰੀ 'ਚ ਕੀ, ਉਹਨਾਂ ਕਿਹਾ ਬੜਾ ਸੋਹਣਾ ਬਾਲਕ ਹੈ। ਪ੍ਰਭੂ ਨੇ ਨਾਲ ਹੀ ਉਹਦੀ ਕੁੜੀ ਦੇ ਮਨ ਦੇ ਵਿੱਚ ਦਇਆ ਪਾਈ, ਉਹਦਾ ਮਨ ਬਦਲ ਦਿੱਤਾ। ਉਹਨੇ ਕਿਹਾ ਚੁੱਕੋ ਬੱਚੇ ਨੂੰ ਤਾਂ ਉਹਦਾ ਘਰੇ ਲੈ ਚੱਲੀਏ। ਘਰੇ ਲੈ ਗਏ ਬੱਚੇ ਨੂੰ, ਘਰੇ ਲੈ ਗਏ ਔਰ ਉਸ ਲੜਕੀ ਨੇ ਬੜੀ ਸਾਵਧਾਨੀ ਦੇ ਨਾਲ ਇੱਕ ਕੁੜੀ ਨੂੰ ਜੋ ਗੁਲਾਮਾਂ ਦੀ ਸੀ ਉਹਨੂੰ ਕਿਹਾ ਕਿ ਇਸ ਬੱਚੇ ਲਈ ਜਾਓ ਇਸਰਾਇਲੀਆਂ ਵਿੱਚੋਂ ਇੱਕ ਮਾਂ ਨੂੰ ਭਾਲ ਕੇ ਲਿਆ ਦੁੱਧ ਚੰਘਾਉਣ ਵਾਲੀ ਨੂੰ। ਉਹ ਕਹਿੰਦੀ ਮੈਂ ਹੁਣੇ ਗਈ ਅਤੇ ਹੁਣੇ ਆਈ, ਉਹ ਮਿਰੀਅਮ ਸੀਗੀ, ਮੂਸਾ ਦੀ ਭੈਣ ਹੀ ਸੀਗੀ, ਉਹਨੂੰ ਸਾਰੀ ਕਹਾਣੀ ਦਾ ਪਤਾ ਸੀਗਾ ਵੀ ਕਹਾਣੀ ਕੀ ਹੈ। ਹਾਲੇ ਲੋਹੀਆ ਉਹ ਆਈ ਦਵਾ ਦਵ ਅਤੇ ਮੂਸਾ ਦੀ ਮਾਂ ਨੂੰ ਹੀ ਲੈ ਗਈ, ਜਾ ਕੇ ਖੜਾ ਕਰਤਾ ਰਾਜੇ ਦੀ ਕੁੜੀ ਦੇ ਸਾਹਮਣੇ, ਕਹਿੰਦੇ ਲਓ ਜੀ ਆਹ ਦੁੱਧ ਪਿਲਾਏਗੀ। ਉਹਨੇ ਵੇਖ ਕੇ ਦਿਲ ਕਿਹਾ ਅੱਛੀ ਤਰ੍ਹਾਂ ਪਰਵਰਿਸ਼ ਕਰੇਗੀ ਨਾ, ਇਹ ਅੱਛੀ ਤਰ੍ਹਾਂ ਬੱਚੇ ਦੀ ਦੇਖਭਾਲ ਕਰੇਗੀ, ਵੇਖੋ ਕੁੜੀ ਨੂੰ ਕਿੰਨਾ ਫਿਕਰ ਹੈ, ਕੋਈ ਮਾੜਾ ਮੋਟਾ ਕੰਮ ਕੱਚਾ ਤਾਂ ਨਹੀਂ ਰਹਿਣ ਦੂਗੀ, ਕੋਈ ਢਿੱਲ ਤਾਂ ਨਹੀਂ ਰੱਖੂਗੀ ਉਹਦੀ ਸੇਵਾ ਕਰਨ 'ਚ। ਨਹੀਂ ਨਹੀਂ ਕਹਿੰਦੇ ਬਹੁਤ ਵਧੀਆ ਸੇਵਾ ਕਰੇਗੀ, ਉਹਨੂੰ ਪਤਾ ਮੇਰੀ ਨੂੰ ਇਹ ਤਾਂ ਮਾਂ ਹੈ ਉਹਦੀ, ਇਹ ਤਾਂ ਕਰੇਗੀ ਸੇਵਾ। ਹਾਲੇ ਲੋਹੀਆ ਔਰ ਉਹਨੇ ਉਹਦੀ ਸੇਵਾ ਕੀਤੀ, ਮੂਸਾ ਆਪਦੇ ਘਰ ਵਿੱਚ ਪਲਿਆ ਔਰ ਇੱਕ ਦਿਨ ਫਿਰ ਕੀ ਹੋਇਆ ਔਰ ਉਹ ਇੱਟਾਂ ਪੱਥ ਰਹੇ ਸਨ, ਇੱਕ ਬਜ਼ੁਰਗ ਬੰਦਾ ਔਰ ਉਹ ਵਿਚਾਰਾ ਇੱਟਾਂ ਕੱਢ ਰਿਹਾ ਬਣਾ ਰਿਹਾ ਹੈ ਔਰ ਕੋੜਿਆਂ ਵਾਲਾ ਜਿਹੜਾ ਸੀਗਾ, ਕੋੜੇ ਮਾਰਨ ਵਾਲਾ, ਛੰਟੇ ਮਾਰਨ ਵਾਲਾ, ਉਹ ਉਹਨਾਂ ਦੇ ਵਿੱਚ ਘੁੰਮ ਰਿਹਾ ਸੀਗਾ ਔਰ ਉਹਨੇ ਇੱਕ ਬਜ਼ੁਰਗ ਬੰਦੇ ਦੇ ਕੋੜਾ ਮਾਰਿਆ, ਉਹਦੇ ਤੋਂ ਕੰਮ ਨਹੀਂ ਸੀ ਪੂਰਾ ਹੋ ਰਿਹਾ, ਕੋੜਾ ਮਾਰਿਆ, ਉਹ ਬੰਦਾ ਜਿਹੜਾ ਸੀਗਾ ਉਹ ਇੱਦਾਂ ਗੇੜਾ ਖਾ ਕੇ ਡਿੱਗਣ ਲੱਗਾ। ਉੱਧਰੋਂ ਕੋਈ ਦੂਜਾ ਬੰਦਾ ਸੀ ਨਾਲ ਜਾ ਰਿਹਾ, ਉਹਨੇ ਉਸ ਬਜ਼ੁਰਗ ਨੂੰ ਆਪਦੀ ਬਾਹਾਂ 'ਚ ਲੈ ਲਿਆ। ਉਹ ਬਜ਼ੁਰਗ ਵਿਚਾਰਾ ਰੋਇਆ ਪ੍ਰਭੂ ਦੇ ਅੱਗੇ, ਪ੍ਰਭੂ ਤੂੰ ਤਾਂ ਵਾਅਦਾ ਕੀਤਾ ਸੀ ਕਿ ਤੂੰ ਉਨੀ ਦੇਰ ਤੱਕ ਨਹੀਂ ਮਰੇਗਾ ਜਿੰਨੀ ਦੇਰ ਤੱਕ ਛੁਟਕਾਰਾ ਦੇਣ ਵਾਲੇ ਨੂੰ ਵੇਖ ਲਏਗਾ। ਪ੍ਰਭੂ ਮੈਂ ਤਾਂ ਹੁਣ ਮਰਨ ਲੱਗਾ ਤੇ ਛੁਟਕਾਰਾ ਦੇਣ ਵਾਲਾ ਅਜੇ ਤੱਕ ਆਇਆ ਹੀ ਨਹੀਂ ਗਾ, ਪਰ ਜਿਹਦੀਆਂ ਬਾਹਾਂ ਵਿੱਚ ਸੀਗਾ ਉਹ ਮੂਸਾ ਸੀਗਾ, ਉਹੀ ਤਾਂ ਛੁਟਕਾਰਾ ਦੇਣ ਵਾਲਾ ਸੀਗਾ। ਪ੍ਰਭੂ ਕਦੇ ਵੀ ਆਪਣੇ ਵਾਅਦੇ ਭੁੱਲਦਾ ਨਹੀਂ, ਉਹ ਚੇਤੇ ਰੱਖਦਾ ਹੈ। ਜੇ ਉਹਨੇ ਉਹਦੇ ਨਾਲ ਵਾਅਦਾ ਕੀਤਾ ਤਾਂ ਜਦੋਂ ਉਹ ਮਰਨ ਲੱਗਾ ਉਸ ਤੋਂ ਪਹਿਲਾਂ ਪ੍ਰਭੂ ਨੇ ਛੁਟਕਾਰਾ ਦੇਣ ਵਾਲਾ ਲਿਆ ਕੇ ਖੜਾ ਕਰ ਦਿੱਤਾ। ਹਾਲੇ ਲੋਹੀਆ ਉਹਦੀਆਂ ਹੀ ਬਾਹਾਂ ਵਿੱਚ ਉਹਨੇ ਚੁੱਕ ਲਿਆ ਉਹਨੂੰ। ਪ੍ਰਭੂ ਆਪਣੇ ਵਾਅਦੇ ਨੂੰ ਕੀ ਰੱਖਦਾ ਹੈ, ਉਹ ਕਦੇ ਵੀ ਭੁੱਲਦਾ ਨਹੀਂ ਹੈ। ਇਸ ਲਈ ਨਾ ਭੁੱਲਣ ਲਈ ਪ੍ਰਭੂ ਦਾ ਧੰਨਵਾਦ ਕਰਨਾ ਬਣਦਾ ਹੈ।
ਹਾਲੇਲੂਇਆ ਹਾਲੇਲੂਇਆ ਆਓ ਇੱਕ ਧੰਨਵਾਦ ਹੋਰ ਵੇਖਦੇ ਆ ਉਹ ਭੁਲਾ ਦਿੰਦਾ ਹੈ ਠੀਕ ਹੈ ਆਮੇਨ ਉਹ ਭੁੱਲਦਾ ਨਹੀਂ ਹੈ ਦੂਸਰਾ ਧੰਨਵਾਦ ਆ ਉਹਦਾ ਉਹ ਭੁਲਾ ਦਿੰਦਾ ਹੈ ਭੁਲਾ ਦੇਣ ਲਈ ਵੀ ਉਹਦਾ ਕੀ ਕਰਨਾ ਹੈ ਧੰਨਵਾਦ ਕੀ ਭੁਲਾ ਦਿੰਦਾ ਹੈ ਉਹ ਭੁੱਲ ਜਾਂਦਾ ਹੈ ਹਾਲੇਲੂਇਆ ਆਮੀਨ ਆਮੇਨ ਹਾਲੇਲੂਇਆ ਹਾਲੇਲੂਇਆ ਆਓ ਪੜ੍ਹਦੇ ਆ ਯਸ਼ਾਇਆ 1:18 ਯਸ਼ਾਇਆ 1:18 ਜਲਦੀ ਆਓ ਅਸੀਂ ਸਲਾਹ ਕਰੀਏ ਯਹੋਵਾ ਆਖਦਾ ਹੈ ਭਾਵੇਂ ਤੁਹਾਡੇ ਪਾਪ ਕਿਰਮਚ ਜਿਹੇ ਹੋਣ ਬਰਫ਼ ਜੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਹੀਨ ਮਜੀਠ ਜੇ ਲਾਲ ਹੋਣ ਉਹ ਉੱਨ ਜੇ ਹੋ ਜਾਣਗੇ ਉਹ ਉੱਨ ਵਰਗੇ ਚਿੱਟੇ ਹੋ ਜਾਣਗੇ ਹਾਲੇਲੂਇਆ ਉਹ ਜਿਹੜੀ ਚੀਜ਼ ਨੂੰ ਭੁਲਾ ਦਿੰਦਾ ਹੈ ਉਹ ਹੈ ਸਾਡੇ ਪਾਪ ਉਹ ਸਾਡੇ ਪਾਪਾਂ ਨੂੰ ਭੁਲਾ ਹੀ ਦਿੰਦਾ ਹੈ ਉਹ ਸਾਡੇ ਪਾਪਾਂ ਨੂੰ ਭੁੱਲ ਜਾਂਦਾ ਹੈ ਜਦੋਂ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲੈਂਦੇ ਹਾਂ ਉਹ ਸਾਡੇ ਪਾਪਾਂ ਨੂੰ ਭੁੱਲ ਜਾਣ ਵਾਲੇ ਸਮੁੰਦਰ ਵਿੱਚ ਸੁੱਟ ਦਿੰਦਾ ਹੈ ਫਿਰ ਕਦੇ ਵੀ ਚੇਤਾ ਨਹੀਂ ਕਰਦਾ ਕਿ ਇਹ ਕਦੀ ਪਾਪੀ ਸੀ ਨਬੀ ਨੇ ਕਿਹਾ ਸਾਡੇ ਤਰ੍ਹਾਂ ਨਹੀਂ ਹੈ ਪਰਮੇਸ਼ੁਰ ਅਸੀਂ ਕਿਸੇ ਨੂੰ ਮਾਫ਼ ਤਾਂ ਕਰ ਦਿੰਦੇ ਹਾਂ ਪਰ ਯਾਦ ਰੱਖਦੇ ਮੈਂ ਇਹਨੂੰ ਮਾਫ਼ ਕੀਤਾ ਫਲਾਨੀ ਗੱਲ ਮਾਫ਼ ਕੀਤੀ ਸੀ ਇਹਨੂੰ ਮੈਂ ਪਰ ਪ੍ਰਭੂ ਇਹਦਾ ਨਹੀਂ ਕਰਦਾ ਪ੍ਰਭੂ ਜਦੋਂ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ ਤਾਂ ਦੁਬਾਰਾ ਉਹਨੂੰ ਚੇਤਾ ਹੀ ਨਹੀਂ ਹੁੰਦਾ ਕਿ ਇਹਨੇ ਕਦੇ ਪਾਪ ਕੀਤੇ ਨੇ ਕਿਉਂਕਿ ਚੇਤਾ ਹੀ ਭੁਲਾ ਦਿੰਦਾ ਉਹ ਹਾਲੇਲੂਇਆ ਪ੍ਰਭੂ ਦੇ ਨਬੀ ਨੇ ਕਿਹਾ ਸ਼ੈਤਾਨ ਜਾਂਦਾ ਪ੍ਰਭੂ ਦੇ ਸਾਹਮਣੇ ਖੜ੍ਹਾ ਹੁੰਦਾ ਆਓ ਵੇਖ ਜੰਗ ਬਹਾਦਰ ਤੂੰ ਕਹਿੰਦਾ ਮੇਰਾ ਸੇਵਕ ਹੈ ਇਹ ਮੇਰਾ ਬੰਦਾ ਹੈ ਆਓ ਵੇ ਫਲਾਣੀ ਜਗ੍ਹਾ 'ਤੇ ਉਹ ਗਲਤੀ ਕਰਨ ਡਿਆ ਪਾਪ ਕਰਨ ਡਿਆ ਉਹ ਵੇ ਪਾਪ ਕਰਨ ਡਿਆ ਪ੍ਰਭੂ ਕਹਿੰਦਾ ਤੂੰ ਕਹੀ ਕੀ ਜਾਂਦਾ ਮੈਨੂੰ ਨਹੀਂ ਸਮਝ ਲੱਗਦੀ ਤੂੰ ਕੀ ਕਹਿੰਦਾ ਮੈਨੂੰ ਤੇਰੀ ਗੱਲ ਦੀ ਸਮਝ ਲੱਗਦੀ ਤੂੰ ਕਹਿੰਦਾ ਜਾ ਚਲੇ ਜਾ ਮੈਨੂੰ ਨਹੀਂ ਤੇਰੀ ਸਮਝ ਆਉਂਦੀ ਤੂੰ ਕੀ ਕਹਿੰਦਾ ਉਹ ਕਹਿੰਦਾ ਉਹ ਵੇਖ ਕੀ ਕਰੀ ਜਾਂਦਾ ਹੈ ਕਿਉਂਕਿ ਹੁਣ ਉਹ ਬੰਦੇ ਦੇ ਪਾਪ ਮਾਫ਼ ਹੋ ਚੁੱਕੇ ਨੇ ਉਹਦੀ ਜ਼ਿੰਦਗੀ ਵਿੱਚ ਕੋਈ ਪਾਪ ਪ੍ਰਭੂ ਦੇ ਸਾਹਮਣੇ ਨਜ਼ਰ ਆਉਂਦਾ ਹੀ ਨਹੀਂ ਗਾ ਕਿਉਂਕਿ ਉਹਦੇ ਪਾਪ ਉਹਨੇ ਭੁਲਾ ਹੀ ਦਿੱਤੇ ਨੇ ਉਹ ਕਦੇ ਵੀ ਦੁਬਾਰਾ ਚੇਤਾ ਨਹੀਂ ਕਰਦਾ ਹਾਲੇਲੂਇਆ ਪਾਪ ਮਾਫ਼ ਕਰਨ 'ਤੇ ਕਿੰਨਾ ਕੁ ਚਿਰ ਲੱਗਦਾ ਵੀ ਜਾਣਨਾ ਚਾਹੁੰਦੇ ਪਾਪ ਕਿੰਨੇ ਚਿਰ 'ਚ ਮਾਫ਼ ਹੋ ਜਾਂਦੇ ਨੇ ਕਿਸੇ ਦਾ ਪਾਪ ਹੈ ਉਹ ਪਾਪ ਮਾਫ਼ ਕਿੰਨੇ ਚਿਰ 'ਚ ਹੋ ਜਾਂਦੇ ਨੇ ਕਿੰਨਾ ਕੁ ਚਿਰ ਲੱਗਦਾ ਪਾਪ ਮਾਫ਼ ਹੋਣ 'ਤੇ ਕੋਈ ਸਮਾਂ ਤਾਂ ਲੱਗੂਗਾ ਪਾਪ ਮਾਫ਼ ਹੋਣ 'ਤੇ ਵੀ ਇੰਨੀ ਖਤਰਨਾਕ ਚੀਜ਼ ਹੈ ਪਾਪ ਕੋਈ ਟਾਈਮ 'ਤੇ ਲੱਗੂਗਾ ਮਾਫ਼ ਹੋਣ 'ਤੇ ਪਰ ਪ੍ਰਭੂ ਦੇ ਨਬੀ ਨੇ ਕਿਹਾ ਹੈ ਜਿੰਨਾ ਚਿਰ ਤੁਸੀਂ ਪਾਪਾਂ ਦੀ ਮਾਫ਼ੀ ਮੰਗਣ 'ਤੇ ਲਾਉਂਦੇ ਜੇ ਉਹਨਾਂ ਚਿਰ ਹੀ ਮਾਫ਼ ਹੋਣ 'ਤੇ ਲੱਗਦੇ ਹਾਲੇਲੂਇਆ ਇੱਕ ਲੜਕੀ 18 ਸਾਲ ਦੀ ਉਮਰ ਉਹਦੀ ਉਹ ਸਿਗਟਾਂ ਪੀਂਦੀ ਸੀ ਪਾਸਟਰ ਤੋਂ ਚੋਰੀ ਕਲੀਸੀਆ ਤੋਂ ਚੋਰੀ ਮਾਂ ਬਾਪ ਤੋਂ ਚੋਰੀ ਹਰ ਇੱਕ ਦਿਨ ਉਹ ਪ੍ਰਾਰਥਨਾ ਵਾਲੀ ਲਾਈਨ ਵਿੱਚ ਆ ਗਈ ਨਬੀ ਨੇ ਦਿਲਾਂ ਦੇ ਖਿਆਲ ਪ੍ਰਗਟ ਕਰ ਰਿਹਾ ਸੀ ਔਰ ਉਹ ਤੀਜਾ ਨੰਬਰ ਉਹਦਾ ਰਹਿ ਗਿਆ ਉਹਨੇ ਕਿਹਾ ਅੱਜ ਫੜੀ ਗਈ ਮੈਂ ਨਬੀ ਦਿਲਾਂ ਦੀਆਂ ਗੱਲਾਂ ਦੱਸ ਰਿਹਾ ਹੈ ਤਾਂ ਉਹਨੇ ਮੇਰੇ ਬਾਰੇ ਵੀ ਦੱਸ ਦੇਣਾ ਹੈ ਕਿ ਤੂੰ ਸਿਗਟਾਂ ਪੀਨੀ ਹੈ ਤੇਰਾ ਜੀਵਨ ਸਹੀ ਨਹੀਂ ਹੈ ਹੋ ਪ੍ਰਭੂ ਸਭ ਨੂੰ ਪਤਾ ਲੱਗ ਜਾਣਾ ਹੈ ਪ੍ਰਭੂ ਮੇਰੇ 'ਤੇ ਦਇਆ ਕਰ ਦੇ ਪ੍ਰਭੂ ਮੇਰੇ ਪਾਪ ਮਾਫ਼ ਕਰ ਦੇ ਮੈਂ ਮਾਫ਼ੀ ਮੰਗਦੀ ਆਪਣੀ ਗਲਤੀ ਦੀ ਕੰਨ ਫੜੇ ਉਹਨੇ ਪ੍ਰਭੂ ਅੱਜ ਤੋਂ ਬਾਅਦ ਮੈਂ ਨਹੀਂ ਕਰਦੀ ਚਲੋ ਜੀ ਕਿੰਨਾ ਕੁ ਟਾਈਮ ਲੱਗਿਆ ਇੱਕ ਮਿੰਟ ਵੀ ਨਹੀਂ ਲੱਗਾ ਇੰਨੀ ਗੱਲ ਕਹਿਣ 'ਤੇ ਸੈਕਿੰਟਾਂ ਦੇ ਹਿਸਾਬ ਨਾਲ ਕੰਮ ਹੋ ਗਿਆ ਤਾਂ ਫਿਰ ਖੜ ਗਈ ਉਹ ਬਸ ਉਹ ਜਦੋਂ ਤੀਜਾ ਨੰਬਰ ਉਹਦਾ ਨਿਕਲ ਗਏ ਤਿੰਨੇ ਨੰਬਰ ਉਹਦਾ ਨੰਬਰ ਆਇਆ ਨਵੀ ਨੇ ਜਦੋਂ ਉਹਨੂੰ ਵੇਖਿਆ ਉਹਦੇ ਲਈ ਉਹਨੇ ਕਿਹਾ ਜਾ ਚਲੀ ਜਾ ਤੂੰ ਠੀਕ ਠਾਕ ਹੈ ਉਹਦੇ ਜੁੰਮੇ ਕੋਈ ਪਾਪ ਰਹਿ ਹੀ ਨਹੀਂ ਸੀ ਗਿਆ ਜੇ ਉਹਦੇ ਖਾਤੇ 'ਚ ਕੋਈ ਪਾਪ ਹੁੰਦਾ ਤਾਂ ਨਬੀ ਨੂੰ ਨਜ਼ਰ ਆਉਂਦਾ ਜਦੋਂ ਨਬੀ ਨੂੰ ਤਾਂ ਨਜ਼ਰ ਕਾਹਦਾ ਆਉਣਾ ਨਬੀ ਨੂੰ ਤਾਂ ਆਉਣਾ ਕਾਹਦਾ ਹੋਣਾ ਪਰ ਪਰਮੇਸ਼ੁਰ ਨੂੰ ਨਹੀਂ ਉਦੋਂ ਲਗਾ ਤੁਹਾਡੇ ਖਾਤੇ 'ਚ ਪਾਪ ਲੱਭਦਾ ਪਰਮੇਸ਼ੁਰ ਕਹਿੰਦਾ ਨਹੀਂ 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 ਇਹ ਤਾਂ ਮੇਰਾ ਧਰਮੀ ਬੰਦਾ ਇਹਦੇ ਜੁੰਮੇ ਕੋਈ ਪਾਪ ਨਹੀਂ ਇਹਨੇ ਕੋਈ ਪਾਪ ਨਹੀਂ ਕੀਤਾ
वो भुला देंदा है। आमीन है। इसलिए ये प्रभु का की बनता है, तू प्रभु साढ़े पापा भुल जाने वाले समुद्र सट देता है, तू साडे पापा भुला देता है, माफ़ी नहीं कर दिता, तू साडे पापा हमेशा 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 दे भुला भी दिता है। इसलिए प्रभु तेरा धन्यवाद, दिन रात धन्यवाद। हाँ, साडे कोलो गलतियां हो सकदियां ने, गलतियां भुला चुका असीं करदे रहने हैं, उहदे लई प्रभु माफ़ कर दे। पाप नहीं है, पाप तुहाने साडा साफ कर दिता, उदों बाद की रहिंदा है, गलतियां भुला चुका ये साडे कोलो हो जांदियां ने, इन्हां दी असीं जदों मंगदे हां माफ़ी, उहदे प्रभु नाल ही माफ़ कर दिंदा। आओ चंगियाई लई उहदा धन्नवाद करिए, चंगियाई लई उहने सानूं चंगियां कीता, उहने सानूं चंगियाई दित्ती है। जबूर 103 इहदे नाल ही जिथे पाप माफ़ करना भुल जांदा, उहदे नाल इक लिखत होर है, यूहन्ना, पहला यूहन्ना 1:9 पढ़ना नहीं है, जबूरी पढ़ना आपां। जबूरी 103। हाँ जी, 103 दियां 4 आयतां, पहलियां 4 आयतां। हे मेरी जान, हे मेरी जान, यहोवा नूं मुबारक आख, यहोवा नूं मुबारक आख, जो कुछ मेरे अंदर है, अते जो कुछ मेरे अंदर है, उसदे पवित्र नाम नूं, अते उसदे पवित्र नाम नूं। हे मेरी जान, हे मेरी जान, यहोवा नूं मुबारक आख, अते उहदे सारे उपकारां नूं नाम विसार, अते उहदे सारे उपकारां नूं नाम विसार। ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ। ਹਾਲੇਲੂਇਆ। ਉਹ ਬੁਰਾਈਆਂ ਨੂੰ ਖਿਮਾ ਕਰਦਾ ਤੇ ਰੋਗਾਂ ਨੂੰ ਚੰਗਿਆ ਕਰਦਾ, ਇਹ ਦੋ ਚੀਜ਼ਾਂ ਨੇ, ਬੁਰਾਈਆਂ ਤੇ ਰੋਗ। ਰੋਗ ਉਹ ਨੇ ਜੋ ਸਰੀਰ ਵਿੱਚ ਹੁੰਦੇ ਨੇ, ਬੁਰਾਈਆਂ ਉਹ ਨੇ ਜੋ ਅੰਦਰ ਆਤਮਾ ਵਿੱਚ ਹੁੰਦੀਆਂ ਨੇ। ਉਹਨੇ ਮੇਰੇ ਆਤਮਾ ਨੂੰ ਵੀ ਚੰਗਾ ਕੀਤਾ ਹੈ, सब बुराइयां तो छुड़ाया मैनू, और मेरे शरीर नू भी उन्हें चंगा कीता है, इसलिए मेरी जान यहोवा दा धन्नवाद कर। आमीन। उहदे सारे उपकारां नू ना विसार, उहदा शुक्र कर, उहदा धन्नवाद कर, क्योंकि उन्हें तेनू नरोया कीता है, उन्हें तेनू चंगा कीता है। पत्रस भी पढ़ लईए, पहला पत्रस 2:24-25, पहला पत्रस 2:24-25 जल्दी पढ़ लीए। और उन्हें साडे प्राणा नूं भी चंगा कीता है, बुरियाई पाप प्राण विच हुंदा है, उन्हें साडे प्राणा नूं भी चंगा कीता, बुरियाइयां तो छुड़ाया है। हालेलुया। बुरिया विचारा तो, बुरिया जुगतां तो, पाप दी अभिलाषा तो उन्हें सानूं छुड़ाया है, और उन्हें साडे शरीर नूं भी चंगा कीता है, इसलिए प्रभु दा धन्नवाद, ਉਹਦਾ ਸ਼ੁਕਰ ਕਰਨਾ ਬਣਦਾ। ਪੜ੍ਹੀਏ 2:24-25, ਉਸ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ, ਉਹਨੇ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਅਤੇ ਰੁੱਖ ਉੱਤੇ ਚੁੱਕ ਲਿਆ, ਅਸੀਂ ਪਾਪ ਦੀ ਵੱਲੋਂ ਮਰ ਕੇ, ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ, ਅਤੇ ਧਰਮ ਦੀ ਵੱਲੋਂ ਜੀਵੀਏ, ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ, ਉਸੇ ਦੇ ਮਾਰ ਖਾਣ ਤੋਂ ਅਸੀਂ, ਉਹਨੇ ਸਾਨੂੰ ਨਰੋਇਆ ਕਰਨ ਲਈ ਕੀ ਕੀਤਾ, ਉਹਨੇ ਆਪਣੀ ਜਾਨ ਸਲੀਬ ਦੇ ਉੱਤੇ ਦਿੱਤੀ, ਉਹਨੇ ਸਾਨੂੰ ਨਰੋਏ ਕਰਨ ਲਈ ਆਪਣੀ ਜਾਨ ਨੂੰ ਦੁੱਖਾਂ ਵਿੱਚ ਪਾਇਆ, ਉਹਨੇ ਸਲੀਬ ਦੇ ਉੱਤੇ ਆਪਣੇ ਆਪ ਨੂੰ ਟੰਗ ਦਿੱਤਾ, ਕਾਹਦੇ ਲਈ, ਤਾਂ ਕਿ ਤੁਹਾਨੂੰ ਅਤੇ ਮੈਨੂੰ ਨਰੋਇਆ ਕਰਨ ਲਈ। ਇੱਕ ਸੌਖਾ ਜਿਹਾ ਚੰਗਿਆਈ ਹੈ ਨਹੀਂ ਕਿ ਐਵੇਂ ਦੇ ਦੇਣੀ ਚੰਗਿਆਈ, ਚੱਲ ਵੀ ਚੰਗਾ ਹੋ ਜਾ ਫ੍ਰੀ ਵਿੱਚ ਹੀ, ਨਹੀਂ, ਚੰਗਿਆਈ ਦੇਣ ਲਈ ਪਹਿਲਾਂ ਉਹਨੂੰ ਆਪਣੀ ਜਾਨ ਦੇਣੀ ਪਈ, ਚੰਗਿਆਈ ਦੇਣ ਨੂੰ ਦੁੱਖ ਸਹਿਣੇ ਪਏ, ਚੰਗਿਆਈ ਦੇਣ ਲਈ ਉਹਨੂੰ ਬੇਇੱਜ਼ਤੀ ਸਹਿਣੀ ਪਈ, ਚੰਗਿਆਈ ਦੇਣ ਲਈ ਉਹਨੂੰ ਕੋੜੇ ਖਾਣੇ ਪਏ, ਚੰਗਿਆਈ ਦੇਣ ਨੂੰ ਉਹਨੇ ਮੂੰਹ ਦੇ ਥਕਾਉਣਾ ਪਿਆ, ਦਾੜ੍ਹੀ ਪਟਾਉਣੀ ਪਈ, ਤਾਂ ਕਿ ਅਸੀਂ ਕੀ ਹੋ ਸਕੀਏ, ਨਰੋਏ ਹੋ ਸਕੀਏ, ਚੰਗੇ ਹੋ ਸਕੀਏ। ਹਾਲੇਲੂਇਆ। ਇਸ ਲਈ ਚੰਗਿਆਈ ਲਈ ਉਹਦਾ ਧੰਨਵਾਦ। ਯਸ਼ਾਇਆ 53 ਜਦੋਂ 4-5 ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ, ਉਹਨੇ ਤਾਂ ਸਾਡੇ ਗਮ ਚੁੱਕ ਲੈ, ਅਸੀਂ ਉਹਦੇ ਮਾਰ ਖਾਣ ਤੋਂ ਨਰੋਏ ਕੀਤੇ ਗਏ। ਆਮੀਨ। ਹਾਲੇਲੂਇਆ। ਉਹ ਘਾਇਲ ਕੀਤਾ ਗਿਆ, ਉਹਦਾ ਰੂਪੋਂ ਕਰੂਪ ਕੀਤਾ ਗਿਆ, ਸਾਨੂੰ ਚੰਗਾ ਕਰਨ ਦੇ ਲਈ, ਸਾਨੂੰ ਛੁਟਕਾਰਾ ਦੇਣ ਦੇ ਲਈ। ਆਓ ਯਸ਼ਾਇਆ 50 ਪੜ੍ਹਦੇ ਹਾਂ। ਯਸ਼ਾਇਆ 50:6, ਜੋ ਪਰਮੇਸ਼ਰ ਨੇ ਸਾਡੇ ਲਈ ਚੰਗਿਆਈ ਮੁਹੱਈਆ ਕਰਾਈ, ਪੜ੍ਹੀਏ। ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ
ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਅਤੇ ਆਪਣੀਆਂ ਗੱਲਾਂ ਦਾੜੀ ਪੁੱਟਣ ਵਾਲਿਆਂ ਨੂੰ ਦਿੱਤੀਆਂ ਅਤੇ ਆਪਣੀਆਂ ਗੱਲਾਂ ਦਾੜੀ ਪੁੱਟਣ ਵਾਲਿਆਂ ਨੂੰ ਦੇ ਦਿੱਤੀਆਂ ਮੈਂ ਆਪਣਾ ਮੂੰਹ ਸ਼ਰਮ ਅਤੇ ਥੁੱਕ ਤੋਂ ਨਾ ਲੁਕਾਇਆ ਮੈਂ ਆਪਣਾ ਮੂੰਹ ਸ਼ਰਮ ਅਤੇ ਥੁੱਕ ਤੋਂ ਨਾ ਲੁਕਾਇਆ ਪ੍ਰਭੂ ਯਹੋਵਾ ਮੇਰੀ ਸਹਾਇਤਾ ਕਰਦਾ ਹੈ ਪ੍ਰਭੂ ਯਹੋਵਾ ਮੇਰੀ ਸਹਾਇਤਾ ਕਰਦਾ ਹੈ ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ ਇਸ ਲਈ ਮੈਂ ਆਪਣਾ ਮੂੰਹ ਚੱਕਮੱਕ ਵਾਂਗੂ ਬਣਾਇਆ ਬਸ ਇੱਕ ਐਤੀ ਪੜ੍ਹਨੀ ਹੈ ਹਾਲੇਲੂਇਆ ਲਿਖਿਆ ਹੈ ਕਿ ਯਿਸੂ ਮਸੀਹ ਨੇ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਦੇ ਦਿੱਤੀ ਕੂੜੇ ਮਾਰਨ ਵਾਲਿਆਂ ਨੂੰ ਉਹਨੇ ਆਪਣੀਆਂ ਗੱਲਾਂ ਦਾੜੀ ਪੁੱਟਣ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਉਹ ਆਪਣੀ ਸ਼ਰਮ ਤੋਂ ਉਹਨੇ ਆਪਣਾ ਮੂੰਹ ਨਹੀਂ ਲੁਕੋਇਆ ਉਹਨੇ ਮੂੰਹ ਉਹਨਾਂ ਦੇ ਅੱਗੇ ਕਰ ਦਿੱਤਾ ਲਓ ਪੁੱਟ ਲਓ ਦਾੜੀ ਉਹਨੇ ਆਪਣੀ ਪਿੱਠ ਉਹਨਾਂ ਦੇ ਅੱਗੇ ਘੁਮਾਤੀ ਮਾਰ ਲਓ ਕੋੜੇ ਕਾਹਦੇ ਲਈ ਤੁਹਾਨੂੰ ਤੇ ਮੈਨੂੰ ਚੰਗਾ ਕਰਨ ਲਈ ਤੁਹਾਨੂੰ ਤੇ ਮੈਨੂੰ ਚੰਗਿਆਈ ਦੇਣ ਦੇ ਲਈ ਹਾਲੇਲੂਇਆ ਇਸ ਲਈ ਚੰਗਿਆਈ ਲਈ ਉਹਦਾ ਧੰਨਵਾਦ ਉਹ ਪਰਮੇਸ਼ਰ ਦਾ ਲੇਲਾ ਸੀ ਜੋ ਮੁਹੱਈਆ ਕਰਾਇਆ ਗਿਆ ਜਿਹਨੇ ਆਪਣੇ ਆਪ ਨੂੰ ਉਹਨਾਂ ਕਸਾਈਆਂ ਦੇ ਹੱਥਾਂ 'ਚ ਦੇ ਦਿੱਤਾ ਹੁਣ ਉਹ ਪਰਮੇਸ਼ਰ ਦਾ ਲੇਲਾ ਸੀ ਜੋ ਸਾਡੇ ਲਈ ਮੁਹੱਈਆ ਕਰਾਇਆ ਗਿਆ ਸੀ ਜਿਹਨੇ ਸ਼ਰਮ ਤੋਂ ਮੂੰਹ ਨਹੀਂ ਲਗਾਇਆ ਕਿੰਨੀ ਬੇਇੱਜ਼ਤੀ ਉਹਦੀ ਕਰ ਰਿਹਾ ਸੀ ਕਿੰਨਾ ਬੇਇੱਜ਼ਤ ਉਹਨੂੰ ਕੀਤਾ ਜਾ ਰਿਹਾ ਸੀ ਪਰ ਉਹਨੇ ਇਹਦੇ ਤੋਂ ਮੂੰਹ ਨਹੀਂ ਛੁਪਾਇਆ ਕਾਹਦੇ ਲਈ ਤੁਹਾਡੇ ਅਤੇ ਮੇਰੇ ਕਰਕੇ ਤੁਹਾਨੂੰ ਅਤੇ ਮੈਨੂੰ ਬਚਾਉਣ ਦੇ ਇਬਰਾਨੀਆਂ 'ਚ ਆ ਜਾਈਏ 12:2 ਇਬਰਾਨੀਆਂ 12:2 ਹਾਲੇਲੂਇਆ 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 ਠੀਕ ਹੈ ਪ੍ਰਭੂ ਦਾ ਧੰਨਵਾਦ ਆਮੇਨ ਕਰਦੇ ਰਹਿਣਾ ਹੈ ਸੱਚ ਕਿਵੇਂ ਕਿਵੇਂ ਧੰਨਵਾਦ ਹਾਂਜੀ ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਯਿਸੂ ਦੀ ਵੱਲ ਤੱਕਦੇ ਰਹੀਏ ਨੇਚਾ ਦਾ ਕਰਤਾ ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ ਅਤੇ ਸੰਪੂਰਨ ਕਰਨ ਵਾਲਾ ਹੈ ਜਿਸ ਨੇ ਉਸ ਆਨੰਦ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਹਾਲੇਲੂਇਆ ਅਤੇ ਪਰਮੇਸ਼ਰ ਦੇ ਸਿੰਘਾਸਨ ਦੇ ਸੱਜੇ ਪਾਸੇ ਵਿਰਾਜਮਾਨ ਹੋਇਆ ਹਾਲੇਲੂਇਆ ਲਿਖਿਆ ਯਿਸੂ ਦੀ ਵੱਲ ਤੱਕਦੇ ਰਿਹਾ ਜੋ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਹੈ ਜੋ ਦੁੱਖ ਉਹਦੇ ਅੱਗੇ ਰੱਖਿਆ ਹੋਇਆ ਸੀਗਾ ਜਿਹੜਾ ਦੁੱਖ ਉਹਨੇ ਸਹਿਣਾ ਸੀਗਾ ਜਿਹੜੀ ਬਦਨਾਮੀ ਉਹਨੇ ਸਹਿਣੀ ਸੀਗੀ ਜਿਹੜੀ ਬੇਇੱਜ਼ਤੀ ਉਹਨੇ ਸਹਿਣੀ ਸੀਗੀ ਉਹਦੇ ਦਾੜੀ ਨੂੰ ਪੁੱਟਿਆ ਜਾਣਾ ਸੀਗਾ ਉਹਦੇ ਮੂੰਹ ਦੇ ਉੱਤੇ ਥੁੱਕਿਆ ਜਾਣਾ ਸੀਗਾ ਉਹਨੂੰ ਜਲੀਲ ਕੀਤਾ ਜਾਣਾ ਸੀਗਾ ਉਹਦੇ ਬਦਨ ਤੋਂ ਕੱਪੜੇ ਸਾਰੇ ਉਤਾਰੇ ਜਾਣੇ ਸਨ ਬੇਅਲਫ ਨੰਗਾ ਇੰਨੀ ਦੁਨੀਆਂ ਵਿੱਚ ਕੀਤਾ ਜਾਣਾ ਸੀ ਲੋਕਾਂ ਵਿੱਚ ਇਹ ਸਭ ਕੁਛ ਉਹਦੇ ਅੱਗੇ ਧਰਿਆ ਹੋਇਆ ਸੀ ਉਹਨੂੰ ਪਤਾ ਸੀ ਕਿ ਸਾਰਾ ਕੁਛ ਮੇਰੇ ਨਾਲ ਹੋਣਾ ਹੈ ਇਹ 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 ਆਨੰਦ ਦੀ ਗੱਲ ਇਹ ਖੁਸ਼ੀ ਦੀ ਗੱਲ ਕਿਸੇ ਦੇ ਨਾਲ ਇੱਦਾਂ ਹੋਣਾ ਹੋਵੇ ਤਾਂ ਉਹ ਕਹੂਗਾ ਮੈਂ ਬੜਾ ਖੁਸ਼ ਹਾਂ ਜੀ ਮੈਂ ਬੜਾ ਆਨੰਦ ਐਵੇਂ ਕਹੂਗਾ ਪਰ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਿਹਾ ਮੈਂ ਇਹ ਸਭ ਕੁਛ ਨੂੰ ਵੇਖ ਕੇ ਆਨੰਦ ਹਾਂ ਕੀ ਹੈ ਮੈਂ ਵੇਖੂ ਹੀ ਕਿਹੜਾ ਆਨੰਦ ਹੈ ਦਾੜੀ ਪੁੱਟੀ ਜਾਣੀ ਥੋੜੇ ਸਮੇਂ ਬਾਅਦ ਮੂੰਹ ਤੇ ਨਾ ਖੰਗਾਰਾਂ ਸੁੱਟਣੀਆਂ ਨੇ ਥੁੱਕਾਂ ਸੁੱਟਣੀਆਂ ਨੇ ਸਭ ਦੇ ਸਾਹਮਣੇ ਨਾ ਥੱਪੜ ਮਾਰਨੇ ਨੇ ਇਹ ਆਨੰਦ ਹੈ ਪਰ ਪ੍ਰਭੂ ਕੀ ਕਹਿ ਰਿਹਾ ਇਹਦੇ ਵਿੱਚ ਪ੍ਰਭੂ ਇਹਦੇ ਵਿੱਚ ਕੀ ਕਹਿ ਰਿਹਾ ਹੈ 12:2 ਜਿਸ ਨੇ ਉਸ ਨੂੰ ਆਨੰਦ ਨਿਮਿਤ ਜੋ ਉਸਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਕੀ ਸਮਝ ਕੇ ਆਨੰਦ ਸਮਝ ਕੇ ਲਾਜ ਨੂੰ ਤੁੱਛ ਜਾਣਤਾ ਤੇ ਉਹਨੇ ਇਹਨੂੰ ਆਨੰਦ ਸਮਝਿਆ ਹਾਲੇਲੂਇਆ ਇਹਨੂੰ ਉਹਨੇ ਆਨੰਦ ਕਿਉਂ ਸਮਝਿਆ ਪ੍ਰਭੂ ਦੇ ਨਬੀ ਨੇ ਕਿਹਾ ਹੈ ਉਹਨੇ ਕਿਹਾ ਕਿ ਜਦੋਂ ਉਹ ਇਹ ਸਾਰੇ ਦੁੱਖਾਂ ਨੂੰ ਸਹਿ ਰਿਹਾ ਸੀ ਇਸ ਬਦਨਾਮੀ ਨੂੰ ਸਹਿ ਰਿਹਾ ਸੀ ਇਸ ਲਾਜ ਨੂੰ ਸਹਿ ਰਿਹਾ ਸੀਗਾ ਤਾਂ ਉਹ ਤੁਹਾਨੂੰ ਚੰਗਾ ਹੁੰਦਾ ਵੇਖ ਰਿਹਾ ਸੀਗਾ
ਉਹ ਤੁਹਾਨੂੰ ਬਿਮਾਰੀਆਂ ਤੋਂ ਰਿਹਾਈ ਪਾਉਂਦੇ ਵੇਖ ਰਿਹਾ ਸੀ। ਉਹ ਤੁਹਾਨੂੰ ਪਾਪ ਤੋਂ ਛੁਟਕਾਰਾ ਪਾਉਂਦੇ ਵੇਖ ਰਿਹਾ ਸੀ। ਉਹ ਤੁਹਾਨੂੰ ਪਾਪ ਚੋਂ ਗੰਦਗੀ ਚੋਂ ਨਿਕਲਦਿਆਂ ਨੂੰ ਆਉਂਦਿਆਂ ਨੂੰ ਵੇਖ ਰਿਹਾ ਸੀ। ਉਹ ਤੁਹਾਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਜਦੋਂ ਝੱਲ ਰਿਹਾ ਸੀਗਾ, ਉਹ ਤੁਹਾਨੂੰ ਆਉਂਦਿਆਂ ਉਹਦੀ ਕਲੀਸਿਆ ਵਿੱਚ ਬਹਿੰਦਿਆਂ ਵੇਖ ਰਿਹਾ ਸੀਗਾ। ਉਹ ਇੱਥੇ ਦੁਆਵਾਂ ਕਰਦੇ ਵੇਖ ਰਿਹਾ ਸੀਗਾ। ਉਹ ਇੱਥੇ ਪ੍ਰਚਾਰ ਸੁਣਦੇ ਵੇਖ ਰਿਹਾ ਸੀ। ਉਹ ਤੁਹਾਡੀਆਂ ਹਾਲੇਲੂਇਆ ਆਮੀਨ ਨੂੰ ਵੇਖ ਰਿਹਾ ਸੀਗਾ। ਇਸ ਲਈ ਉਹਨੇ ਇਹਨੂੰ ਆਨੰਦ ਸਮਝਿਆ। ਉਹਨੇ ਇਸ ਲਾਜ ਨੂੰ ਤੁੱਛ ਜਾਣ ਦਿੱਤਾ। ਉਹਨੇ ਇਹਨੂੰ ਆਨੰਦ ਦੀ ਗੱਲ ਸਮਝਿਆ। ਹਾਲੇਲੂਇਆ। ਇਹ ਕਰਨ ਦੇ ਨਾਲ ਇਹ ਛੁਟਕਾਰਾ ਪਾ ਰਹੇ ਹਨ। ਉਹਨੇ ਤੁਹਾਨੂੰ ਵੇਖਿਆ, ਇਹ ਨਾ ਇਹ 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 ਦੁੱਖ ਚੋਂ ਝੱਲਿਆ ਉਹਨੇ। ਉਹਨੇ ਮੈਨੂੰ ਵੇਖਿਆ ਪਾਪ ਵਿੱਚ ਧਸੇ ਹੋਏ ਨੂੰ, ਪਾਪ ਵਿੱਚ ਫਸੇ ਹੋਏ ਨੂੰ। ਆਮੀਨ। ਔਰ ਸ਼ੈਤਾਨ ਮੇਰਾ ਮਜ਼ਾਕ ਉਡਾ ਰਿਹਾ ਸੀਗਾ, ਮੈਨੂੰ ਗਲਤ ਚੀਜ਼ਾਂ ਵਿੱਚ ਉਹ ਧਸ ਰਿਹਾ ਸੀ, ਉਹਦੇ ਵਿੱਚ ਫਸਾ ਰਿਹਾ ਸੀਗਾ। ਔਰ ਉਹ ਦੁੱਖ ਨਾਲ ਭਰਿਆ ਹੋਇਆ ਸੀ ਪ੍ਰਭੂ। ਉਹਨੇ ਇੱਕ ਦੁੱਖ ਨੂੰ ਆਪਣੇ ਸਾਹਮਣੇ ਰੱਖਿਆ। ਉਹਨੇ ਇਸ ਇਲਾਜ ਨੂੰ ਆਪਣੇ ਸਾਹਮਣੇ ਵੇਖਿਆ। ਪਰ ਉਹਨੇ ਜਦੋਂ ਇਸ ਇਲਾਜ ਨੂੰ ਝੱਲਦਿਆਂ ਵੇਖਿਆ, ਉਹਨੇ ਕਿਹਾ ਕਿ ਇਹ ਸ਼ੈਤਾਨ ਦੇ ਹੱਥੋਂ ਛੁੱਟ ਕੇ ਆ ਰਿਹਾ ਹੈ, ਇਹ ਮੇਰੀ ਹਜ਼ੂਰੀ ਵਿੱਚ ਆ ਰਿਹਾ ਹੈ, ਇਹ ਮੇਰਾ ਗਵਾਹ ਬਣ ਰਿਹਾ ਹੈ, ਇਹ ਮੇਰੀ ਉਸਤਤ ਕਰ ਰਿਹਾ ਹੈ, ਇਹ ਮੇਰਾ ਧੰਨਵਾਦ ਕਰ ਰਿਹਾ ਹੈ, ਇਹ ਮੇਰੀ ਜੈ ਜੈਕਾਰ ਕਰ ਰਿਹਾ ਹੈ। ਇਸ ਲਈ ਉਹਨੇ ਇਸ ਨੂੰ ਆਨੰਦ ਸਮਝਿਆ। ਹਾਲੇਲੂਇਆ। ਇਸ ਲਈ ਚੰਗਿਆਈ ਲਈ ਉਹਦਾ ਧੰਨਵਾਦ ਕਰਨਾ ਬਣਦਾ ਹੈ। ਇੱਕ ਹੋਰ ਧੰਨਵਾਦ ਆਪਾਂ ਵੇਖਦੇ ਹਾਂ, ਉਹ ਇਸ ਯੁੱਗ ਦੇ ਸੰਦੇਸ਼ ਲਈ, ਪ੍ਰਕਾਸ਼ਨ ਲਈ, ਜਿਹੜਾ ਪ੍ਰਕਾਸ਼ਨ ਨੇ ਸਾਨੂੰ ਦਿੱਤਾ ਹੈ, ਇਹਦੇ ਲਈ ਪ੍ਰਭੂ ਦਾ ਧੰਨਵਾਦ। ਜੇ ਸਾਡੇ ਕੋਲ ਪ੍ਰਕਾਸ਼ਨ ਨਾ ਹੁੰਦਾ ਤਾਂ ਅਸੀਂ ਵੀ ਇੱਥੇ ਡਬਲ ਰੋਟੀ ਰੱਖੀ ਹੋਣੀ ਸੀਗੀ, ਅਸੀਂ ਵੀ ਇੱਥੇ ਕੋਈ ਸਰਬਤ ਰੱਖਿਆ ਹੋਣਾ ਸੀਗਾ। ਇਹ ਸਮਾਂ ਰਾਤ ਦਾ ਨਹੀਂ ਹੋਣਾ, ਦੁਪਹਿਰੇ ਕੰਮ ਨਿਬੜਿਆ ਹੋਣਾ ਸੀ ਕਦੋਂ ਦਾ, ਜੇ ਪ੍ਰਕਾਸ਼ਨ ਸਾਡੇ ਕੋਲੇ ਨਾ ਹੁੰਦਾ ਤਾਂ। ਹਾਲੇਲੂਇਆ। ਅਸੀਂ ਵੀ ਵਚਨ ਨੂੰ ਤੋੜਦੇ ਮਰੋੜਦੇ ਹੋਣਾ ਸੀਗਾ, ਅਸੀਂ ਵੀ ਵਚਨ ਦੀਆਂ ਧੱਜੀਆਂ ਡਾਉਂਦੇ ਹੋਣਾ ਸੀਗਾ। ਇਹ ਮੇਜ਼ ਜਿਹੜੀ ਹੁਣ ਪਵਿੱਤਰ ਮੇਜ਼ ਲੱਗੀ ਹੈ, ਇਹ ਪਵਿੱਤਰ ਮੇਜ਼ ਨਹੀਂ ਸੀ ਹੋਣੀ। ਯਸ਼ਾਇਆ ਦੇ ਵਿੱਚ ਲਿਖਿਆ ਹੈ 28 ਦੇ ਆਏ ਦੇ ਵਿੱਚ, ਸਾਰੀਆਂ ਮੇਜ਼ਾਂ ਕਹਿ ਤੇ ਬ੍ਰਿਸ਼ਟੇ ਨਾਲ ਭਰ ਗਈਆਂ ਨੇ। ਇਹ ਜੇ ਅੱਜ ਪਵਿੱਤਰ ਮੇਜ਼ ਲੱਗੀ ਹੋਈ ਹੈ ਇੱਥੇ, ਜੇ ਪ੍ਰਭੂ ਦੇ ਵਚਨ ਦੇ ਅਨੁਸਾਰ ਰੋਟੀ ਰੱਖੀ ਗਈ ਹੈ ਇੱਥੇ, ਪ੍ਰਭੂ ਦੇ ਵਚਨ ਦੇ ਅਨੁਸਾਰ ਦਾਖਰਸ ਰੱਖੀ ਗਈ ਹੈ ਇੱਥੇ, ਤਾਂ ਇਹ ਉਸ ਪ੍ਰਕਾਸ਼ਨ ਕਰਕੇ ਆ ਜਿਹੜਾ ਇਹਨਾਂ ਦਿਨਾਂ ਵਿੱਚ ਸਾਨੂੰ ਦਿੱਤਾ ਗਿਆ। ਅਸੀਂ ਵੀ ਕਿਹੇ ਮਿਸ਼ਨ ਦੇ ਪਾਦਰੀ ਹੋਣਾ ਸੀ, ਵਧੀਆ ਤਨਖਾਹ ਮਿਲਦੀ ਹੋਣੀ ਸੀ, ਗੱਡੀ ਗੁੱਡੀ ਕੋਈ ਰੱਖੀ ਹੋਣੀ ਸੀ ਥੱਲੇ, ਤਾਂ ਹਰ 6 ਮਹੀਨਿਆਂ ਬਾਅਦ ਮਿਸ਼ਨ ਦੇ ਅੱਗੇ ਧਰਨਾ ਲਾਉਣਾ ਸੀਗਾ, ਸਾਡੀ ਤਨਖਾਹ ਵਧਾਓ, 6 ਮਹੀਨਿਆਂ ਬਾਅਦ ਫਿਰ ਸਾਡੀ ਤਨਖਾਹ ਵਧਾਓ, ਫਿਰ ਕਹਿਣਾ ਤਨਖਾਹ ਵਧਾਓ। ਅਸੀਂ ਵੀ ਇਹਨਾਂ ਚੱਕਰਾਂ ਵਿੱਚ ਹੋਣਾ ਸੀਗਾ ਜੇ ਸਾਡੇ ਕੋਲ ਸਮੇਂ ਦਾ ਸੰਦੇਸ਼ ਨਾ ਹੁੰਦਾ ਤਾਂ, ਜੇ ਇਹ ਪ੍ਰਕਾਸ਼ਨ ਨਾ ਹੁੰਦਾ, ਜੇ ਸਾਡੇ ਦਿਨਾਂ ਵਿੱਚ ਨਬੀ ਨਾ ਆਉਂਦਾ ਜਾਂ ਨਬੀ ਸਾਡੇ ਉੱਤੇ ਪ੍ਰਗਟ ਨਾ ਪ੍ਰਭੂ ਕਰਦਾ, ਤਾਂ ਫਿਰ ਅਸੀਂ ਵੀ ਇਹੋ ਕੁਝ ਕਰਦੇ ਹੋਣਾ ਸੀ ਜੋ ਕੁਝ ਅੱਜ ਮਿਸ਼ਨਾਂ ਜਥੇਬੰਦੀਆਂ ਕਰ ਰਹੀਆਂ ਹਨ। ਮੈਂ ਵੀ ਆਪਦੇ ਘਰ ਵਾਲੇ ਨੂੰ ਪਾਸਟਰਾਂ ਨਹੀਂ ਬਣਾਇਆ ਹੋਣਾ ਸੀਗਾ ਵੀ ਇੱਕ ਤਨਖਾਹ ਮੇਰੀ ਆਉਂਦੀ ਅਤੇ ਕਿਹਦੀ ਵੀ ਆਊਗੀ ਨਾਲ, ਮੈਂ ਵੀ ਪਾਸਟਰਾਂ ਨਹੀਂ ਬਣਾਈ ਹੋਣਾ ਸੀਗਾ, ਕਿਉਂਕਿ ਪ੍ਰਕਾਸ਼ਨ ਨਾ ਹੋਣ ਕਰਕੇ, ਵਚਨ ਦੀ ਸਮਝ ਨਾ ਹੋਣ ਕਰਕੇ, ਇਸ ਲਈ ਅੱਜ ਪਾਸਟਰਾਂ ਨੇ ਆਪਣੀਆਂ ਪਤਨੀਆਂ ਨੂੰ ਪਾਸਟਰ ਬਣਾਇਆ ਹੋਇਆ ਹੈ। ਲੇਕਿਨ ਬਾਈਬਲ ਕਹਿੰਦੀ ਹੈ ਔਰਤ ਪ੍ਰਚਾਰ ਨਾ ਕਰੇ, ਔਰਤ ਨੂੰ ਕਲੀਸਿਆ ਵਿੱਚ ਬੋਲਣਾ ਲਾਜ ਦੀ ਗੱਲ ਹੈ। ਔਰਤ ਉਪਦੇਸ਼ ਨਾ ਦੇਵੇ, ਕਿਉਂਕਿ ਉਪਦੇਸ਼ ਦੇਣ ਦਾ ਅਧਿਕਾਰ ਮਨੁੱਖ ਦੇ ਕੋਲੇ ਹੈ। ਇਸੇ ਲਈ ਅਸੀਂ ਅੱਜ ਔਰਤਾਂ ਨੂੰ ਪ੍ਰਚਾਰਕ ਨਹੀਂ ਮੰਨਦੇ, ਅਸੀਂ ਔਰਤਾਂ ਨੂੰ ਪ੍ਰਚਾਰਕ ਨਹੀਂ ਬਣਾਉਂਦੇ। ਜਿੱਥੇ ਭਾਈ ਬ੍ਰਹਮ ਪਹਿਲੀ ਬੈਪਟਿਸਟ ਮਿਸ਼ਨ ਦੇ ਅੰਦਰ ਸੀਗਾ, ਸ਼ੁਰੂ ਵਿੱਚ ਉਹ ਨਿਕਲਿਆ ਕਾਹਦੇ ਤੋਂ ਉੱਥੇ, ਉਹਨਾਂ ਦਾ ਜਿਹੜਾ ਉਹਦਾ ਪਾਦਰੀ ਸੀਗਾ ਉਹ ਇੱਕ ਔਰਤ ਨੂੰ ਕਹਿੰਦਾ ਸੀ ਮਸਾ ਕਰ ਇਹਨੂੰ, ਭਾਈ ਬ੍ਰਹਮ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ, ਮੈਂ ਉਹ ਵਚਨ ਦੇ ਉਲਟ ਨਹੀਂ ਜਾ ਸਕਦਾ। ਉਹ ਕਹਿੰਦਾ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਮੈਂ ਤੈਨੂੰ ਆਪਣੀ ਮਿਸ਼ਨ 'ਚੋਂ ਬਾਹਰ ਕੱਢ ਦੇਣਾ। ਪ੍ਰਭੂ ਦਾ ਨਬੀ ਬ੍ਰਦਰ ਬ੍ਰਹਮ ਕਹਿੰਦਾ ਇਹ ਮੇਰੇ ਲਈ ਚੰਗੀ ਗੱਲ ਹੋਵੇਗੀ, ਇਹ ਮੇਰੇ ਲਈ ਕੀ ਹੈ ਵਧੀਆ ਗੱਲ ਹੋਵੇਗੀ, ਮੈਂ ਵਚਨ ਦੇ ਨਾਲ ਰਹਿਣਾ ਹੈ, ਮੈਂ ਵਚਨ ਤੋਂ ਬਾਹਰ ਕੰਮ ਨਹੀਂ ਕਰਨਾ। ਇਸ ਲਈ ਅਸੀਂ ਔਰਤਾਂ ਨੂੰ ਪ੍ਰਚਾਰਕ ਨਹੀਂ ਬਣਾਉਂਦੇ, ਕਿਉਂ? ਕਿਉਂਕਿ ਸਾਡੇ ਕੋਲ ਵਚਨ ਦਾ ਪ੍ਰਕਾਸ਼ਨ ਹੈ। ਹਾਲੇਲੂਇਆ। ਪ੍ਰਕਾਸ਼ਨ ਲਈ ਪ੍ਰਭੂ ਦਾ
ਧੰਨਵਾਦ। ਬਪਤਿਸਮਾ ਅਸੀਂ ਯਿਸੂ ਮਸੀਹ ਦੇ ਨਾਂ ਵਿੱਚ ਕਿਉਂ ਦੇ ਰਹੇ ਹਾਂ? ਕਿਉਂਕਿ ਇਹ ਪ੍ਰਕਾਸ਼ਨ ਖੁੱਲ੍ਹਿਆ ਇਹਨਾਂ ਦਿਨਾਂ ਦੇ ਅੰਦਰ। ਪ੍ਰਭੂ ਭੋਜ ਅਸੀਂ ਦਿਨ ਦੇ ਸਮੇਂ ਕਿਉਂ ਨਹੀਂ ਕਰ ਰਹੇ? ਕਿਉਂਕਿ ਇਹਨਾਂ ਦਿਨਾਂ ਵਿੱਚ ਪ੍ਰਕਾਸ਼ਨ ਖੁੱਲ੍ਹਿਆ ਹੈ। ਹਾਲੇਲੂਇਆ, ਪ੍ਰਭੂ ਦੀ ਵਡਿਆਈ ਹੋਵੇ। ਹੁਣ ਪ੍ਰਭੂ ਭੋਜ ਕਰਨਾ ਹੈ ਅਸੀਂ, ਉਸ ਤੋਂ ਬਾਅਦ ਪੈਰ ਧੋਣ ਦੀ ਰਸਮ ਸ਼ੁਰੂ ਹੋ ਜਾਣੀ ਹੈ। ਜੇ ਪ੍ਰਕਾਸ਼ਨ ਨਾ ਹੁੰਦਾ ਤਾਂ ਇੱਥੇ ਖਵਾ ਕੇ ਡਬਲ ਰੋਟੀ ਤਾਂ ਪਿਆ ਕੇ ਨਾਲ ਠੰਡਾ ਕੰਪਾ ਕੋਲਾ ਕੁਛ ਵੀ ਅਤੇ ਘਰੋ ਘਰ ਤੋਰ ਦੇਣਾ ਵੀ ਚਲੋ ਵੀ ਜਾਓ ਕੰਮ ਨਿਬੜ ਗਿਆ, ਪ੍ਰਭੂ ਭੋਜ ਹੋ ਗਿਆ। ਕਿਉਂ? ਕਿਉਂਕਿ ਪ੍ਰਕਾਸ਼ਨ ਦੇ ਘਾਟੇ ਨੇ, ਸਾਡੇ ਕੋਲ ਪ੍ਰਕਾਸ਼ਨ ਹੈ। ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਇਸ ਪ੍ਰਕਾਸ਼ਨ ਲਈ ਪ੍ਰਭੂ ਦਾ ਧੰਨਵਾਦ ਜਿਸ ਨੇ ਪ੍ਰਕਾਸ਼ਨ ਸਾਨੂੰ ਦਿੱਤਾ ਹੈ ਔਰ ਸਾਡੇ ਉੱਤੇ ਪ੍ਰਕਾਸ਼ਨ ਨੂੰ ਅੰਡੇਲਿਆ ਹੈ। ਹਾਲੇਲੂਇਆ। ਜਿਨ੍ਹਾਂ ਕੋਲ ਪ੍ਰਕਾਸ਼ਨ ਨਹੀਂ ਹੈ ਉਹ ਮਸੀਹੀ ਹਨ, ਚੰਗੇ ਲੋਕ ਹਨ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਵਧੀਆ ਲੋਕ ਹਨ, ਪਰ ਉਹ ਉਹਨਾਂ ਕੋਲ ਤੇਲ ਨਹੀਂ ਹੈਗਾ, ਉਹਨਾਂ ਦੀਆਂ ਮਸਾਲਾਂ ਜਿਹੜੀਆਂ ਨੇ ਤੇਲ ਤੋਂ ਖਾਲੀ ਨੇ। ਜਦੋਂ ਲਾੜਾ ਆਪਣੀਆਂ ਤਿਆਰ ਬੁੱਧਵਾਨ ਕੁਆਰੀਆਂ ਨੂੰ ਲੈ ਕੇ ਜਾਵੇਗਾ ਤਾਂ ਉਹ ਚਲੇ ਜਾਣਗੀਆਂ, ਕਿਉਂਕਿ ਉਹਨਾਂ ਦੇ ਮਸਾਲਾਂ ਵਿੱਚ ਤੇਲ ਹੈ, ਉਹਨਾਂ ਨੇ ਤੇਲ ਇਕੱਠਾ ਕੀਤਾ, ਵਚਨ ਦਾ ਪ੍ਰਕਾਸ਼ਨ ਹੈ। ਹਾਲੇਲੂਇਆ। ਔਰ ਜਦੋਂ ਉਹ ਚਲੇ ਜਾਣਗੀਆਂ ਤਾਂ ਮਗਰੋਂ ਮੂਰਖ ਵੀ ਆਉਣਗੀਆਂ, ਉਹ ਆ ਕੇ ਖੜਕਾਉਣਗੀਆਂ, ਸਵਾਮੀ ਜੀ ਸਵਾਮੀ ਜੀ ਮਹਾਰਾਜ ਸਾਡੇ ਲਈ ਖੋਲ੍ਹ ਦੇ, ਤਾਂ ਕੋਈ ਵੀ ਉੱਤਰ ਨਹੀਂ ਹੋਵੇਗਾ, ਦਰਵਾਜ਼ਾ ਬੰਦ ਹੋ ਜਾਵੇਗਾ। ਇਸ ਲਈ ਇਹ ਪ੍ਰਕਾਸ਼ਨ ਹੈ ਸਾਡੇ ਕੋਲ, ਪ੍ਰਕਾਸ਼ਨ ਕਰਕੇ ਅਸੀਂ ਲਾੜੇ ਦੇ ਨਾਲ ਚਲੇ ਜਾਣਾ ਹੈ, ਕਿਉਂਕਿ ਸਾਡੇ ਦੀਵਿਆਂ ਵਿੱਚ ਤੇਲ ਹੈ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ। ਸਦਾ ਉਹਦਾ ਧੰਨਵਾਦ ਕਰਦੇ ਰਹਿਣਾ ਹੈ। ਬਸ ਇੱਕ ਲਿਖਤ ਮੈਂ ਲਾਸਟ 'ਤੇ ਪੜ੍ਹਦਾ ਤਾਂ ਫਿਰ ਉਸ ਤੋਂ ਬਾਅਦ ਸਮਾਪਤੀ ਕਰਦੇ ਹਾਂ। ਇਬਰਾਨੀਆਂ 13:15, ਇਬਰਾਨੀਆਂ 13:15। ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ। ਹਾਲੇਲੂਇਆ। ਆਪਣੇ ਬੁੱਲਾਂ ਦਾ ਫਲ, ਬੁੱਲਾਂ ਦਾ ਫਲ ਜਿਹੜੇ ਉਹਦੀ ਉਸਤਤ ਨੂੰ ਮੰਨ ਲੈਂਦੇ ਹਨ ਸਦਾ ਉਹਦੇ ਅੱਗੇ ਚੜ੍ਹਾਉਂਦੇ ਰਹਿਣਾ, ਸਦਾ ਉਹਦੇ ਅੱਗੇ ਚੜ੍ਹਾਉਂਦੇ ਰਹਿਣਾ, ਉਹਦਾ ਧੰਨਵਾਦ ਕਰਦੇ ਰਹਿਣਾ, ਉਹਦਾ ਸ਼ੁਕਰੀਆ ਅਦਾ ਕਰਦੇ ਰਹਿਣਾ ਹੈ। ਉਸ ਕੋੜੀ ਦੀ ਤਰ੍ਹਾਂ ਜਿਹੜਾ ਵਾਪਸ ਆਇਆ ਔਰ ਮੂੰਹ ਭਾਰ ਮੱਥਾ ਡਿੱਗ ਕੇ ਉਹਨੂੰ ਮੱਥਾ ਟੇਕਦਾ ਅਤੇ ਪ੍ਰਭੂ ਦਾ ਧੰਨਵਾਦ ਕਰਦਾ ਹੈ।